अपने रसूल नूं फरूक तों बाद उस्मान जिहा इक ऐसा दुनिया दे शख्स
ਪਿਤਾ ਦੇ ਨਾਂ ਦਾ ਕੋਈ ਬੰਦਾ ਕਦੀ ਹੋ ਸਕਦਾ ਨਹੀਂ ਕਿ ਜਿਸ ਵਕਤ ਵਾਰੀ ਆ ਗਈ ਅਲੀ ਦੀ ਤੇ ਰਜ਼ੀ ਅੱਲਾਹੁ ਤਾਲਾ ਅਨਹੁਮਾ ਅੱਲਾ ਨੇ ਅਲੀ ਨੂੰ ਏਡੀਆਂ ਸ਼ਾਨਾਂ ਆਲਾ ਅਤਾ ਫਰਮਾਈਆਂ ਹੈ ਤੇ ਇਕਰਾਰ ਬਣਾ ਛੜਿਆ ਤੇ ਮੈਂ ਸਦਕੇ ਕੁਰਬਾਨ ਜਾਂ ਰੰਗ ਦਾ ਕਾੜਾ ਬਲਾ ਲਬਸ਼ੀ ਆਇਆ ਅੱਲਾ ਦਾ ਜ਼ਾਤ ਵੇਖੀ ਨਾ ਤਸਰ ਵੇਖੀ ਨਾ ਰੰਗ ਵੇਖਿਆ ਨਾ ਉਹਦਾ ਸਬਰ ਨਾ ਸਬ ਨਾ ਮਾਲ ਨਾ ਪੁੱਤ ਨਾ ਨੰਗ ਰੱਬ ਨੇ ਕੀ ਵੇਖਿਆ ਰੱਬ ਨੇ ਉਹਦੇ ਦਿਲ ਦੀ ਮੁਹੱਬਤ ਵੇਖੀ ਕਿ ਰੱਬ ਲਾਲ ਖਮਸ਼ੀ ਰੱਬੇ ਕਾਵਾ ਦੀ ਕਸਮ ਰੱਬ ਦੇ ਨਬੀ ਨੇ ਫਰਮਾਇਆ ਲੋਗੋ ਮੇਰਾ ਹਬਸ਼ੀ ਬਲਾਲ ਮੇਰਾ ਸੱਜਣ ਦਿਲੋਂ ਮੁਹੱਬਤਾਂ ਕਰਨ ਵਾਲਾ ਚਾਹਤਾ ਕਰਨ ਵਾਲਾ ਮੇਰੇ ਹੁਕਮਾਂ ਨੂੰ ਮੰਨਣ ਵਾਲਾ ਮੇਰੇ ਕਲਮੇ ਤੇ ਮੇਰੇ ਨਾਮ ਤੇ ਜਾਨ ਛਾਵਰ ਕਰਨ ਵਾਲਾ ਪੱਥਰਾਂ ਤੇ ਲੇਟਣ ਵਾਲਾ ਬਲਾਲ ਉਸ ਬਲਾਲ ਦੇ ਬਾਰੇ ਰੱਬ ਦੇ ਨਬੀ ਨੇ ਫਰਮਾਇਆ ਹੈ ਇਹ ਬਲਾਲ ਐਵੇਂ ਜਾਂ ਰੰਗ ਦਾ ਕਾਲਾ ਬਲਾਲ ਨਾ ਜਾਣਿਓ ਸੋਹਣਿਆ ਕਿਆ ਸ਼ਾਨ ਹੈ ਫਰਮਾਇਆ ਰੱਬੇ ਕਾਬਾ ਦੀ ਕਸਮ ਹੈ ਜਿਸ ਦਿਨ ਰੱਬੀ ਨਫਸੀ ਦੇ ਨਕਾਰੇ ਹੋਣਗੇ ਉਸ ਦਿਨ ਮੇਰਾ ਅੱਲਾ ਕਾਲੇ ਬਲਾਲ ਹਬਸ਼ੀ ਨੂੰ ਕਵੇਗਾ ਹਬਸ਼ੀ ਬਲਾਲ ਆ ਮੇਰੀ ਤਰਫ ਮੇਰੇ ਕਰੀਬ ਆ ਅੱਲਾ ਸੋਨੇ ਦੇ ਸੰਮਾ ਵਾਲੀ ਉਠਣੀ ਭੇਜੇਗਾ ਅੱਠਵੇਂ ਨੰਬਰ ਤੇ ਮੁਸਲਮਾਨ ਹੋਣ ਵਾਲੇ ਬਲਾਲ ਨੂੰ ਸੋਨੇ ਦੇ ਸੰਮਾ ਵਾਲੀ ਉਠਣੀ ਤੇ ਸਵਾਲ ਕਰਕੇ ਰੱਬ ਦੇ ਅਰਸ਼ ਦੇ ਸੱਜੇ ਪਾਸੇ ਆਪ ਰੱਬ ਦੇ ਤਖਤ ਤੇ ਰੱਬ ਦੀ ਕੁਰਸੀ ਦੇ ਸੱਜੇ ਪਾਸੇ ਖੜਾ ਕੀਤਾ ਜਾਏਗਾ ਅੱਲਾ ਕੀ ਹੁਕਮ ਹੈ ਮੇਰਾ ਰੱਬ ਕਵੇਗਾ ਓ ਬਲਾਲ ਮੇਰੇ ਸੋਹਣੇ ਪੈਗੰਬਰ ਦੇ ਯਾਰਾ ਜਿਹੜੀਆਂ ਜ਼ਾਨਾਂ ਦਿੰਦਾ ਸਾ ਤੇ ਪੱਥਰਾਂ ਤੇ ਲਟਾਇਆ ਜਾਂਦਾ ਸੀ ਮੈਨੂੰ ਮੱਕੇ ਤੇ ਮਦੀਨੇ ਵਾਲੀ ਜ਼ਾਨ ਸੁਣਾ ਦੇ ਮੇਰਾ ਰੱਬ ਬਲਾਲ ਦੀਆਂ ਜ਼ਾਨਾਂ ਸੁਣੇਗਾ ਅੱਲਾ ਦੇ ਸਾਥੀ ਮੇਰੇ ਰੱਬ ਨੂੰ ਅਤਾ ਕੀਤੇ ਨੇ ਸਾਰੀ ਕਾਇਨਾਤ ਨੂੰ ਚੁਣ ਕੇ ਅਤਾ ਫਰਮਾਏ ਜਿਨ੍ਹਾਂ ਦੇ ਬਾਰੇ ਰੱਬ ਦਾ ਕੁਰਾਨ ਕਹਿੰਦਾ ਜੇ ਰਾਜ਼ੀ ਅੱਲਾਹੁ ਅਨਹੁਮ ਅੱਲਾ ਦਾ ਕੁਰਾਨ ਕਹਿੰਦਾ ਵਾਲਾ ਸੂਹ ਅਨਹੁਮ ਅੱਲਾ ਦਾ ਕੁਰਾਨ ਦੇ ਅੱਗੇ ਤਰੋਂ ਲਫ਼ਜ਼ ਲਾ ਲਗਾ ਲਿਖਦੇ ਉਲਾਇਕਾ ਰਿਜ਼ਕੁਲਲਾ ਅੱਲਾ ਇਹਨਾਂ ਨਾਲ ਰਾਜ਼ੀ ਹੈ ਇਹ ਆਪਣੇ ਅੱਲਾ ਨਾਲ ਰਾਜ਼ੀ ਨੇ ਆਪਣੇ ਰੱਬ ਦੀ ਰਿਜ਼ਕੁਲਲਾ ਆਪਣੇ ਰੱਬ ਦੀ ਜਮਾਤ ਨੇ ਇਹ ਆਮ ਕਾਇਨਾਤ ਦੇ ਲੋਕ ਨਹੀਂ ਮੇਰੀ ਅਜ਼ੀਜ਼ਾ ਮੈਂ ਨਮਾਜ਼ਾਂ ਪੜਾਂ ਬਿਆਨ ਕਰਾਂ ਅੱਜ ਕਰਾਂ ਉਮਰੇ ਕਰਾਂ ਆਲਮਾ ਬਣਾ ਮਸੀਤਾਂ ਬਣਾ ਪਤਾ ਨਹੀਂ ਅੱਲਾ ਦੇ ਹਾਂ ਕਬੂਲ ਹੈ ਕਿ ਨਹੀਂ ਪਤਾ ਨਹੀਂ ਅੱਲਾ ਨੇ ਸਿਲੈਕਟ ਪਸੰਦ ਫਰਮਾਇਆ ਕਿ ਨਹੀਂ ਪਤਾ ਨਹੀਂ ਅੱਲਾ ਨੇ ਮੇਰੇ ਸਮਨ ਨੂੰ ਕਬੂਲ ਕੀਤਾ ਕਿ ਨਹੀਂ ਰੱਬੇ ਕਾਬਾ ਦੀ ਕਸਮ ਹੈ ਇਹ ਤੇ ਉਹ ਲੋਕ ਜੇ ਜਿਨ੍ਹਾਂ ਦੇ ਬਾਰੇ ਰੱਬ ਨੇ ਮੇਰੀ ਅਜ਼ੀਜ਼ਾ ਇੱਕ ਜੰਗ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਅੱਜ ਤੋਂ ਬਾਅਦ ਤਮਾਮ ਸੋਹਣਿਆ ਸਹਾਬੀ ਤੇਰੇ ਸਹਾਬੀ ਬਦਰੀ ਸਹਾਬੀ रब दे पैगंबर दा कलमा भी पढ़ने ते रब ने सहाबा दी शान भी मन्ने ते फिर साडे च कमी की मन्दे हो ना शान ते ਉਹਦੇ ਸੂਰ ਦੀ ਵੀ ਸ਼ਾਨ ਮੰਨਦੇ ਹੋ ਉਹਦੇ ਸਹਾਬਾ ਦੀ ਵੀ ਸ਼ਾਨ ਮੰਨਦੇ ਹੋ ਮੈਨੂੰ ਲੱਗਦਾ ਹੈ ਮਾਸ਼ਾਅੱਲਾ ਸਾਰੇ ਮੰਨਣ ਵਾਲੇ ਬੈਠੇ ਨੇ ਅੱਲਾ ਤੁਹਾਡੀਆਂ ਆਸਾਂ ਕਬੂਲ ਕਰੇ ਆਮੀਨ ਤੇ ਸਾਰੀਆਂ ਸ਼ਾਨਾਂ ਮੰਨਣ ਦੇ ਬਾਵਜੂਦ ਫਿਰ ਕਮੀ ਕਿੱਥੋਂ ਕਮੀ ਸਾਡੇ ਵਿੱਚ ਆ ਜਾਂਦੀ ਹੈ ਅਤਾਤ ਦੀ ਰੱਬ ਦੇ ਨਬੀ ਨੇ ਫਰਮਾਇਆ ਮੇਰੇ ਸਹਾਬਾ ਕੀ ਜਮਾਤ ਰੱਬੇ ਕਾਬਾ ਕੀ ਕਸਮ ਹੈ ਸਾਰੀ ਦੁਨੀਆ ਸਾਰੀ ਕਾਇਨਾਤ ਤੇ ਨਜ਼ਰ ਮਾਰਾ ਨਾ ਸਭ ਤੋਂ ਆਲਾ ਤੇ ਅਫਜ਼ਲ ਤੁਸੀਂ ਲੋਕ ਹੋ ਜਿਨ੍ਹਾਂ ਨੂੰ ਪੈਗੰਬਰ ਦਾ ਸਾਥ ਮਿਲ ਗਿਆ ਤੇ ਸੋਹਣਿਆ ਤੇ ਜਿਹੜੇ ਬਾਅਦ ਵਿੱਚ ਆਉਣਗੇ ਆਖਿਆ ਇਮਾਨ ਦੇ ਲਿਹਾਜ਼ ਨਾਲ ਸਭ ਤੋਂ ਅਫਜ਼ਲ ਉਹ ਫਿਰ ਹੋਣਗੇ ਜਿਹੜੇ ਬਾਅਦ ਵਿੱਚ ਆਉਣਗੇ ਮੈਨੂੰ ਵੇਖਣਗੇ ਨਹੀਂ ਤੁਹਾਨੂੰ ਵੇਖਣਗੇ ਨਹੀਂ ਤੁਹਾਡੇ ਕੀਤਿਆਂ ਤੇ ਮੇਰੇ ਕੀਤਿਆਂ ਤਰੀਕਾ ਤੇ ਸੁਨਨ ਤੇ ਦੀਸਾਂ ਤੇ ਅਮਲ ਫਰਮਾਣਗੇ ਮੈਂ ਸਦਕੇ ਕੁਰਬਾਨ ਜਾ ਜਰਾ ਉਸ ਪੈਗੰਬਰ ਤੇ ਉਹਨਾਂ ਸਾਥੀਆਂ ਤੇ ਨਜ਼ਰ ਅਬੂ ਬਕਰ ਤੇ ਮਾਰ ਉਮਰ ਤੇ ਮਾਰ ਉਸਮਾਨ ਤੇ ਮਾਰ ਅਲੀ ਤੇ ਮਾਰ ਲੰਬੇ ਵਾਕਿਆਤ ਨੇ ਇਸ ਤੋਂ ਇਲਾਵਾ ਦੂਸਰੇ ਸਹਾਬਾ ਵਾ ਜਰਾ ਆ ਜਾ ਤੈਨੂੰ ਮੈਨੂੰ ਕਿਧਰੇ ਕਸਮ ਲੱਗ ਜਾ ਨਾ ਖਾਣਾ ਨਾ ਮਿਲੇ ਅਸੀਂ ਪ੍ਰੋਗਰਾਮ ਤੇ ਗਏ ਹੋਈਏ ਤੇ ਅਗਲੀ ਦਫਾ ਸਾਨੂੰ ਦਾਵਤ ਦੇਣ ਅਸੀਂ ਕਹਿੰਦੇ ਆ 3 ਘੰਟੇ ਭਾ ਭਾ ਕੇ ਭੁੱਖਿਆ ਮਾਰ ਸਕਦੇ ਨੇ ਚੋਲਾਂ ਦੀ ਗਰਾਈ ਮੇਰੇ ਸੇ ਆਈ ਨਹੀਂ ਸੀ ਮੇਰੇ ਨਾਲ ਥਲਾਣੀ ਵੀ ਗਈ ਸੀ ਭੁੱਖੇ ਆਇਆ ਦੁਬਾਰਾ ਅਸੀਂ ਉੱਥੇ ਜਾਂਦੇ ਹਾਂ ਅਸੀਂ ਕਹਿੰਦੇ ਅਸਾਂ ਨਹੀਂ ਜਾਣਾ ਚੰਦਾ ਇਕੱਠਾ ਕਰਨ ਵਾਲੇ ਬੁਲਾ ਲੈਂਦੀਆਂ ਨੇ ਤੇ ਬੰਦਿਆਂ ਦਾ ਹਿਸਾਬ ਨਾ ਪਕਾਣ ਹਾਂ ਯਾਨੀ ਸਾਨੂੰ ਮਾਸਾ ਖਾਣਾ ਨਹੀਂ ਮਿਲਿਆ ਅਸੀਂ ਮਦਰਸੇ ਦਾ ਵੀ ਰੋਸ ਪੈਂਦੇ ਆ ਮਦਰਸੇ ਦੇ ਮਲਮਾ ਦਾ ਵੀ ਰੋਸ ਪੈਂਦੇ ਆ ਤੇ ਦੁਬਾਰਾ ਉਹਨਾਂ ਪ੍ਰੋਗਰਾਮਾਂ 'ਚ ਸ਼ਿਰਕਤ ਵੀ ਕਰਦੇ ਨਹੀਂ ਪਤਾ ਲੱਗਾ ਕਿ ਸਾਡਾ ਈਮਾਨ ਕਮਜ਼ੋਰ ਹੈ ਤੇ ਸ਼ੈਤਾਨ ਦੇ ਹਮਲੇ ਨੇ ਜਿਹਨੇ ਸਾਨੂੰ ਰੋਟੀ ਵਾਲੇ ਪਾਸੇ ਲਾਇਆ ਜਿਹਨੇ ਸਾਨੂੰ ਰੋਟੀ ਵਾਲੇ ਪਾਸੇ ਲਾਇਆ ਮੇਰੀ ਅਜ਼ੀਜ਼ਾ ਅੱਲਾ ਤੇ ਰਾਜ਼ਾ ਕੁੱਲ ਕਾਇਨਾਤ ਦਾ ਰੱਬ ਜੇ ਉਹ ਰੱਬ ਐਸਾ ਰੱਬ ਹੈ ਕਿ ਸਮੁੰਦਰਾਂ ਤੇ ਪੱਥਰਾਂ ਦੇ ਅੰਦਰ ਵੀ ਜਿਨ੍ਹਾਂ ਨੂੰ ਜੋ ਚੱਦ ਪਹੁੰਚਾਉਣਾ ਹੁੰਦਾ ਹੈ ਤਾਂ ਮਹੀਨ ਮੱਛਲੀ ਜੇ ਨੂੰ ਜਿਹੜੀ ਇਤਨਾ ਜ਼ਿਆਦਾ ਤੇਤੀ ਦੰਦ ਖਾਣ ਵਾਲੀ ਮੱਛਲੀ
ਬੰਦੇ ਦਾ ਖੁਰਾਕ ਕੀਤੀ ਤਦ ਜਿਹੜੀ ਮੱਛੀ ਖੁਰਾਕ ਖਾਂਦੀ ਹੈ ਅੱਲਾ ਉਹਨਾਂ ਨੂੰ ਉਹਦਾ ਹਿੱਸਾ ਉੱਥੇ ਪਹੁੰਚਾ ਦਿੰਦਾ ਹੈ ਤੇ ਜੇ ਅੱਲਾ ਨੇ ਤੇਰੇ ਨਸੀਬਾਂ 'ਚ ਦਾਣੇ ਮਦਰਸੇ ਦੇ ਨਹੀਂ ਲਿਖੇ ਤੈਨੂੰ ਖਾਣਾ ਨਹੀਂ ਮਿਲਿਆ ਤੇ ਸਬਰ ਇਹ ਸੋਚ ਕੇ ਕਰਿਆ ਕਰ ਰੱਬੇ ਕਾਬਾ ਦੀ ਕਸਮ ਹੈ ਮੇਰੇ ਪੈਗੰਬਰ ਦੇ ਉਹ ਸਹਾਬੀ ਜਿਨ੍ਹਾਂ ਨੇ ਕੋਈ ਅਜਰ ਕੋਈ ਦੂਸਰੀ ਨਸੀਬਾਤ ਨਹੀਂ ਸੀ ਕੋਈ ਮਾਫਜ਼ਾ ਨਹੀਂ ਸਨ ਮੰਗਦੇ ਨਾਲੇ ਗਾਗਾ ਮਾਰਾਂ ਖਾਂਦੇ ਸਨ ਨਾਲੇ ਕਲਮਾ ਪੜ੍ਹਦੇ ਸਨ ਨਾਲੇ ਅਤਾਤਾ ਕਰਦੇ ਸਨ ਨਾਲੇ ਭੁੱਖਾ ਕਰਦੇ ਸਨ ਨਾਲੇ ਜਹਾਦ ਕਰਦੇ ਸਨ ਨਾਲੇ ਪੇਟ ਤੇ ਪੱਥਰ ਬੰਦੇ ਸਨ ਸੁਭਾਨ ਅੱਲਾ ਸੁਭਾਨ ਅੱਜ ਤੁਸੀਂ ਤੇ ਮੇਰੇ ਨਾਲ ਤੁਹਾਡੇ ਮੇਰੇ ਨਾਲ ਦੇ ਲੋਕ ਜੇ ਅੱਜ ਮੌਜੂਦ ਹੋ ਅੱਜ ਅਸੀਂ ਉਸ ਤਰੀਕੇ ਤੇ ਚੱਲ ਪਈਏ ਤੇ ਮੇਰੀ ਅਜ਼ੀਜ਼ਾ ਦੁਨੀਆ ਦੇ ਕਿਸੇ ਚੀਜ਼ ਦੀ ਸਾਡੇ 'ਚ ਕਮੀ ਨਾ ਰਹੇ ਵੀ ਉਹ ਸਹਾਬੀ ਜਿਨ੍ਹਾਂ ਰੋਜ਼ੇ ਵੀ ਮੂੰਹ ਰੱਖੇ ਹੋਣ ਤੇ ਨਾਲ ਜੰਗਾਂ ਵੀ ਹੋਣ ਨਾਲ ਫਿਰ ਪਰੇਸ਼ਾਨੀਆਂ ਰਿਸ਼ਤੇਦਾਰਾਂ ਦੇ ਨਾਲ ਕਰਤਾ ਰਿਸ਼ਤੇਦਾਰਾਂ ਦੇ ਨਾਲ ਜੰਗਾਂ ਹੋਣ ਕਿੰਨਾ ਪਰੇਸ਼ਾਨੀ ਦਾ ਆਲਮ ਹੈ ਕਿੰਨਾ ਪਰੇਸ਼ਾਨੀ ਦਾ ਆਲਮ ਹੈ ਜਰਾ ਗੌਰ ਕਰਿਆ ਜੇ ਜਿਹੜੇ ਮੇਰੇ ਨਬੀ ਦੇ ਸਹਾਬੀ ਬੜੇ ਨਾ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਕਿੱਥੇ ਕਿੱਥੇ ਆਪਣੀ ਜ਼ਿੰਦਗੀ ਨੂੰ ਆਪਣਾ ਇਹਨਾਂ ਹੁਕਮਾਂ ਨੂੰ ਅਪਣਾਇਆ ਜਿੱਥੇ ਮੇਰੇ ਸੋਹਣੇ ਦਾ ਹੁਕਮ ਆ ਗਿਆ ਸਾਡੇ ਨਾ ਉੱਥੇ ਉਹ ਸਿਰ ਖਲਾਂਦੇ ਨਹੀਂ ਸਨ ਮੇਰੇ ਪੈਗੰਬਰ ਦੇ ਸਹਾਬੀ ਅਬੂ ਰਾਫੇ ਰਜ਼ੀ ਅੱਲਾਹੁ ਤਾਲਾ ਅਨਹੋ ਇੱਕ ਐਸੇ ਸਹਾਬੀ ਸਨ ਕਿ ਆਪਣਾ ਮਕਾਨ ਮੱਕੇ ਵਿੱਚ ਫਰੋਖਤ ਕਰਨ ਲੱਗੇ ਨੇ ਐਲਾਨ ਕੀਤਾ ਮੈਂ ਆਪਣਾ ਮਕਾਨ ਵੇਚਣਾ ਚਾਹਨਾ ਮੇਰੀ ਅਜ਼ੀਜ਼ਾ ਮੇਰੇ ਪੈਗੰਬਰ ਦੇ ਸਹਾਬੀ ਦੇ ਮਕਾਨ ਦੀ 450 ਰੁਪਇਆ ਕੀਮਤ ਲੱਗ ਗਈ ਵੇਖਿਆ ਜੇ ਅਸੀਂ ਰੋਟੀ ਚਾਵਲਾਂ ਤੋਂ ਲੜਨ ਵਾਲੇ ਆ ਤੇ ਜ਼ਰਾ ਵੀ ਕੁਰਬਾਨੀ ਦਿੰਦੇ ਆ ਸਾਡੀ ਜਾਨ ਤੇ ਬਣ ਜਾਂਦੀ ਹੈ ਜਿੰਨਾ ਕੁਰਬਾਨੀਆਂ ਦਿੱਤੀਆਂ ਨੇ ਕਿਵੇਂ ਦੀਆਂ ਦਿੱਤੀਆਂ ਨੇ ਮੈਂ ਚੰਦ ਇੱਕ ਦਾ ਤਸਕਰਾ ਕਰਾਂਗਾ 450 ਰੁਪਇਆ ਉਹਨਾਂ ਦੇ ਮਕਾਨ ਦਿਰਖਮ ਉਹਨਾਂ ਦੇ ਮਕਾਨ ਦੀ ਕੀਮਤ ਲੱਗ ਗਈ ਫਰਮਾਇਆ 450 ਦਿਰਖਮ ਮੇਰੇ ਮਕਾਨ ਦੀ ਕੀਮਤ ਹੈ ਕੋਈ ਖਰੀਦਦਾਰ ਹੈ ਵੇ ਮੇਰੇ ਰੱਬ ਦੇ ਪੈਗੰਬਰ ਦੇ ਸਹਾਬੀ ਨੇ ਮਕਾਨ ਵੇਚਣ ਵਾਸਤੇ ਰੱਖਿਆ ਤੇ ਸਾਦ ਰਜ਼ੀ ਅੱਲਾਹ ਤਾਲਾ ਅਨਹੁ ਕਹਿੰਦੇ ਨੇ ਮੈਂ ਤੇਰੇ ਮਕਾਨ ਦਾ ਖਰੀਦਦਾਰ ਹਾਂ ਲੇਕਿਨ ਮੈਂ ਤੈਨੂੰ ਇਸ ਮਕਾਨ ਦੀ ਕੀਮਤ 450 ਰੁਪਇਆ ਨਹੀਂ ਦਿਆਂਗਾ ਕਿੰਨੀ ਦੇਗਾ ਫਰਮਾਇਆ 400 ਦਿਆਂਗਾ ਤੇ ਕਹਿੰਦੇ ਨੇ ਬਹੁਤ ਕੰਮ ਹੈ ਕਹਿੰਦੇ ਮੈਂ 400 ਦਿਆਂਗਾ ਲੇਕਿਨ ਉਹ ਵੀ ਇਕੱਠਾ ਨਹੀਂ ਦਿਆਂਗਾ ਥੋੜੇ 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 ਕਰਕੇ ਦਿਆਂਗਾ ਹੁਣ ਤੁਹਾਨੂੰ ਮੈਨੂੰ ਕੋਈ ਮਕਾਨ ਵੇਚਣ ਲੱਗੋ ਜ਼ਮੀਨ ਵੇਚਣ ਲੱਗੋ ਕੋਈ ਕਵੇ ਥੋੜਾ ਥੋੜਾ ਕਰਕੇ ਦਿਆਂਗਾ ਤਾਂ ਅਸੀਂ ਕਹਾਂਗੇ ਪੱਕਾ ਗਾਹਕ ਲੱਗਾ ਤੂੰ ਚੱਲ ਖਾਂਗਾ ਬਲਕਿ ਅਸੀਂ ਤੇ ਸੁਣਤਾ ਛੱਡੀ ਬੈਠੇ ਆ ਨਾ ਸਾਡਾ ਤੇ ਹਾਲ ਹੀ ਵੱਖਰਾ ਅੱਲਾ ਸਾਨੂੰ ਸਮਝ ਤੇ ਅਮਲ ਤੋਫੀਕ ਅਤਾ ਫਰਮਾਏ ਫਰਮਾਇਆ 400 ਦਿਆਂਗਾ ਥੋੜੇ ਥੋੜੇ ਕਰਕੇ ਦਿਆਂਗਾ ਹੁਣ ਅਬੂ ਰਾਫੀ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ ਉਹਨੂੰ 450 ਮਿਲ ਰਿਹਾ ਹੈ ਤੂੰ ਉਹਨੂੰ 400 ਦੇ ਰਿਹਾ ਤੇ ਬਹੁਤ ਥੋੜਾ ਕਰਕੇ ਦੇ ਰਿਹਾ ਹੈ ਮੇਰੇ ਪੈਗੰਬਰ ਦੇ ਸਹਾਬੀ ਕਹਿੰਦੇ ਨੇ ਸਾਹ ਉਹ ਅਬੂ ਰਾਫੀ ਰਜ਼ੀ ਅੱਲਾਹ ਤਾਲਾ ਨੂੰ ਰੱਬੇ ਕਾਬਾ ਦੀ ਕਸਮ ਹੈ ਜਿਹੜੇ ਪੈਗੰਬਰ ਦਾ ਕਲਮਾ ਪੜ੍ਹੇ ਨਾ ਉਸ ਪੈਗੰਬਰ ਦੀ ਹਦੀਸ ਯਾਦ ਰੱਖ ਉਸ ਨਬੀ ਨੇ ਫਰਮਾਇਆ ਲੋਕੋ ਮਕਾਨ ਵੇਚਣ ਲੱਗੋ ਜਾਇਦਾਦ ਵੇਚਣ ਲੱਗੋ ਜ਼ਮੀਨ ਵੇਚਣ ਲੱਗੋ ਕੀ ਕਰੋ ਫਰਮਾਇਆ ਤੁਹਾਡੇ ਮਕਾਨ ਤੇ ਤੁਹਾਡੀ ਜ਼ਮੀਨ ਤੇ ਤੁਹਾਡੀ ਜਾਇਦਾਦ ਤੇ ਸਭ ਤੋਂ ਪਹਿਲਾਂ ਇਸ ਹੱਕ ਜਿਹੜਾ ਤੁਹਾਡੇ ਹਮਸਾਇਦ ਹੈ ਉਹਨੂੰ ਪੁੱਛ ਕੇ ਵੇਚੋ ਤੇ ਫਰਮਾਇਆ ਤੇ ਮੈਂ ਤੇਰਾ ਹਮਸਾਇਆ ਵਾਂ ਨਬੀ ਦੀ ਸੁਨਨਤ ਦੇ ਮੁਤਾਬਕ ਮੈਂ ਹਮਸਾਇਆ ਵਾਂ ਮੈਂ ਤੇਰੇ ਮਕਾਨ ਦਾ ਹੱਕਦਾਰ ਬਣਨਾ ਵਾਂ ਲੇਕਿਨ ਮੈਂ ਗਰੀਬ ਆਦਮੀ ਦੇ ਕੋ ਮਾਲ ਕੰਮ ਹੈ ਮੈਂ ਇਕੱਠੇ ਨਹੀਂ ਦੇ ਸਕਦਾ ਮੈਂ ਥੋੜੇ ਦੇਣਾ ਚਾਹੁੰਦਾ ਵਾਂ ਮੇਰੇ ਰੱਬ ਦੇ ਪੈਗੰਬਰ ਸਹਾਬੀ ਅਬੂ ਰਾਫੇ ਦੇ ਕੰਨਾਂ 'ਚ ਵਾਸ ਪੈਂਦਾ ਫਰਮਾਇਆ ਮੈਂ 400 ਵੀ ਲੈ ਲੈਣਾ ਵਾਂ ਮੈਂ ਕੁਰਬਾਨ ਉਸ ਨਬੀ ਦੀ ਸ਼ਾਨ ਤੋਂ ਦੀ ਜ਼ਾਤ ਤੋਂ ਦੇ ਮਕਾਮ ਤੋਂ ਤੂੰ ਜਿਦਾ ਮੈਨੂੰ ਹੁਕਮ ਮੇਰਾ ਕੰਨਾਂ ਵਿੱਚ ਪਾ ਸਕਿਆ ਤੇ ਅਸੀਂ ਅੱਜ ਵੇਚਣ ਲੱਗੇ ਹਸੇ ਤੇ ਕਹਿੰਦੇ ਕਿਸੇ ਨੂੰ ਪਤਾ ਹੀ ਨਾ ਲੱਗੇ ਕਿੱਥੇ ਗਈਆਂ ਜੇ ਸੁਲਤਾਨ ਅਸੀਂ ਸ਼ਾਨੇ ਸਹਾਬਾ ਦੀ ਬਾਤ ਕਰਦੇ ਆ ਰੱਬੇ ਕਾਬਾ ਦੀ ਕਸਮ ਹੈ ਸਿਰ ਤੋਂ ਲਾ ਕੇ ਪੈਰਾਂ ਤੱਕ ਜ਼ੋਰਾਂ ਲਾਈਏ ਸਾਨੂੰ ਉਹਫਾ ਦੀ ਸਦਾਕਤ ਉਹਫਾ ਦੀ ਸ਼ਰਾਫਤ ਉਹਫਾ ਦੀ ਸ਼ਜਾਅਤ ਉਹਫਾ ਦੀ ਅਤਾਤ ਸਾਨੂੰ ਨਹੀਂ ਮਿਲ ਸਕਦੀ ਜਿਹੜੀ ਮੇਰੇ ਅੰਬਿਆ ਮੇਰੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸਹਾਬਾ ਕਰਾਮ ਵਿੱਚ ਮਿਲਦੀ ਹੈ ਜਿਸ ਵਕਤ ਉਹਨਾਂ ਨੇ ਕਿਹਾ ਕਿ ਮੈਂ 400 ਲੈ ਲਾਂਗਾ ਠੀਕ ਹੈ ਕਿਉਂਕਿ ਮੈਨੂੰ ਨਬੀ ਦੀ ਸੁਨਨਤ ਮਿਲ ਗਈ ਹੈ ਨਬੀ ਦੇ ਦਾ ਫਰਮਾਨ ਮਿਲ ਗਿਆ ਤੇ ਮੈਂ ਨਬੀ ਦੇ ਫਰਮਾਨ ਤੋਂ ਕੁੱਲ ਹਰ ਮਾਲ ਕੁਰਬਾਨ ਕਰ ਸਕਦਾ 50 ਦਿਰਹਮ ਦੀ ਕੋਈ ਚੀਜ਼ ਨਹੀਂ ਆਇਆ ਮੈਂ ਤੁਸੀਂ ਕਦੇ ਇਹ ਸੁਨਨਤ ਤੇ ਅਮਲ ਕੀਤਾ ਹੈ ਬੜੇ ਬੜੇ ਖਤੀਬ ਹੁੰਦੇ ਆ ਬੜੇ ਬੜੇ ਨਮਾਜ਼ਾਂ ਪੜ੍ਹਨ ਵਾਲੇ ਬਿਆਨ ਕਰਨ ਵਾਲੇ ਇੱਥੇ ਕੁਰਸੀਆਂ ਤੇ ਬਹਿ ਕੇ ਤੇ ਸੁਣਨ ਵਾਲੇ ਤੇ ਮਦਰਸੇ ਮਸਜਿਦਾਂ ਬਣਵਾਉਣ ਵਾਲੇ ਜਿਸ ਵਕਤ ਨਬੀ ਦਾ ਸੁਲਤਾਨ ਦੇ ਬਾਰੀ ਆ ਜਾਂਦੀ ਹੈ ਕੰਨਾਂ 'ਚ ਆਵਾਜ਼ ਪੈਂਦੀ ਵੀ ਹੈ ਕਿ ਇਹ ਕੰਮ ਜਾਇਜ਼ ਨਹੀਂ ਅਸੀਂ ਉਜ਼ਰ ਢੂੰਡਨੇ ਆ ਕਿਉਂਕਿ ਅਸਾਂ ਉਹ ਅਤਾਤ ਕਰਨੀ ਨਹੀਂ ਹੁੰਦੀ ਸਾਰਿਆਂ ਬੰਦਿਆਂ ਨੂੰ ਪਤਾ ਹੁੰਦਾ ਹੈ ਸ਼ਾਦੀ ਸੁਨਨਾ ਤਰੀਕਾ ਕੀ ਹੈ ਭਾਵੇਂ ਕੋ ਵਾਪੀ ਹੈ ਭਾਵੇਂ ਸੁਣਨੀ ਹੈ ਭਾਵੇਂ ਦਿਓ ਬੰਦੀ ਸਭ ਨੂੰ ਪਤਾ ਹੈ ਮੇਰੇ ਪੈਗੰਬਰ ਦਾ ਸੁਨਨਾ ਤਰੀਕਾ ਨਿਕਾਹ ਕੀ ਹੈ
लोग दो तीन दिन वास्ते कान लपेट लेंदे ने कहंदे असीं आपणी खुशी कर रहे आ खुशी कर रहे आ। मैं सदके कुर्बान जा मेरे मुहम्मद दी बेटी फातिमा तू ज़ारा रज़ी अल्लाह तआला अन्हा दी खुशी नालों ज्यादा तेरी बेटी दे बेटे दी खुशी नहीं हो सकती। ओ फातिमा तू ज़ारा जिन्हों रब दे पैगंबर जनाबे मुहम्मद सल्लल्लाहु अलैहि वसल्लम ने अपनी कमली थले लैके उन्हां दा खावद हज़रत अली रज़ी अल्लाह तआला अन्हू ते उन्हां दी औलाद हसन ते हुसैन नूं अपनी चादर थले लैके क्या अल्लाह ए मेरी आल ते औलाद ही अल्लाह तो उन्हां ते रहम फरमाई जिहड़े इन्हां नाल राजी हो जाण अल्लाह तू उन्हां ते राजी हो जाई जिहड़े इन्हां नाल फुकस करन अल्लाह तू उन्हां नाल फुकस करी अल्लाह जिहड़े इन्हां नाल मुहब्बत करन अरशां वाले रब्बा मैं भी करांगा ते तू भी उन्हां लोकां नाल मुहब्बत कर। मुहब्बत करने का तरीका सिर्फ है तो नहीं कि बंदा नारा ला दे अल्लाह अकबर दूजी बार दफा या रसूल अल्लाह तीजी दफा खैदरी या अली जो भी नारे ने मुतलिक किस्म के मन कुछ नहीं आते। मेरी अजीजा मुहब्बत का मतलब है वे तुहाडे कन्ना विच आवाज मेरे पैगंबर की पै गई है फिर उहदे सहाबा के तरीकों की पै गई है मेरे पैगंबर के जिंदगी के तरीकों की पै गई है तो चूं के चरा के करके गल सोचनी नहीं उस वक्त कहना है कन्ना च आवाज पैंदिया साल कह देना है कि बेशक अपनी जिंदगी दे खिलाफ वर्जी करनी। सुभान अल्लाह सुभान मेरी अजीजा बहुत सारिया ऐसा हदीसा सुनता होंगे ने जिड़िया सारी जिंदगी च नजर च गुजरिया होंगे ने लेकिन असि ए बावजूद बारे मेरे रब ने नबी बैठ के मस्जिद नबवी च आवाज मार देने लोगो आओ एक जंती शख्स देखो एक दिन गुजरिया लोगो आओ एक जंती शख्स देखो दूसरा दिन गुजरिया लोगो आओ एक जंती शख्स गुजरा देखो तीसरा दिन गुजरिया तीन दिन जंती होने का ऐलान हो रहा है। ये केड़ा बंदा है जिसके वास्ते रोजाना जंती होने का ऐलान होता है। उमर रज़ी अल्लाह तआला अन्हु का बेटा अब्दुल्ला कहते हैं अल्लाह के रसूल एक बंदे वास्ते रोजाना ऐलान हो रहा है। हाँ जी रोजाना ऐलान हो रहा है मेरे रब के पैगंबर के सहाबी उस बंदे नूं कहंदे ने मैं तुहाडे घर एक दो दिन वास्ते रहना चाहना वा मेहमान बन के मैनू जरा अपने घर जाण वास्ते लै जाओ ते मैनू दो तीन दिन का वक्त दे दिओ कोई गुफ्तगू कर लें। मेरी अजीजा अब उमर रज़ी अल्लाह तआला अन्हु दा बेटा साद बिन मालिक दे घर चले जांदे ने एक दिन रहिंदे ने दो रहिंदे ने त्रै रहिंदे ने अज साडे घर एक दिन वास्ते मेहमान आ जाए ते सी जान ते बन जांदी है अपने महकिया वालों आवे ते खुशी खुशी है ससुराल वालों आ जाए ते साडा की तल्ला कि उहदा रिश्तेदार है। मेरे पैगंबर के सहाबा के घर जो मेहमान आते सन ना वह रिश्तेदार नहीं भी सन होंगे सलाम के भाई होंगे सन रब्बे काबा की कसम है रब के नबी मस्जिद ऐलान करते सन फलाना मेहमान आया है जेड़ा बंदा उसकी दावत करेगा एक कहता सी मैं करांगा दूजा कहता सी मैं करांगा तीजा कहता सी मैं करांगा ते जिस वक्त मेरी अजीजा वेख जरा कर मेरे पैगंबर के कौल अबशा तू कुछ गुनाह आएगा मेहमान मेरे रब के नबी ने किसी च दान ही ना किया कि मैं दावत कौन करेगा। रब के नबी ने अपनी धी फातिमा के अपनी बीवी आयशा सदीका रज़ी अल्लाह तआला अन्हा को हुक्म दिता उठ के खाना पकाओ ते नबी पाक ने उन्होंने कोल बह के सोना खैमा उन्होंने वास्ते लवाया ते आप ही खाना पेश करके उन्होंने खिदमत की। सहाबा कराम ने सुनिया इन्ने गुलाम मौजूद ने ते ये केड़े मेहमान ऐसे आ गए ते तुसी आप खाने पेश कर रहे हो ते अपने घरों पकवा के भेज रहे हो ते रब दे नबी ने फरमाया ओ मेरे सहाबियो अपने घर तीन दिन रखो तीन दिन मेरे जीजा दो दिन तीन दिन घर रहते हैं उसके बाद देखते हैं कि उन्होंने नमाज उन्होंने सदका करने का तरीका उन्होंने रोजा रखने का तरीका उन्होंने सारे इबादत मेरी तरह ने फिर ये क्या बात है आप तो नबी रोजाना ही दान कर रहे हैं कि तुसी जनता जनती है जनती है जनती है। तीसरे दिन पूछा उन्होंने जरा दसो तो सही साध बिन मालिक तुसी केड़ा अमल करते हो। अब्दुल्लाह इब्ने उमर पूछते हैं साध तुसी केड़ा अमल करते हो कि
ਰੱਬ ਦੇ ਨਬੀ ਰੋਜ਼ਾਨਾ ਤੁਹਾਡਾ ਜੰਨਤੀ ਹੋਣ ਦਾ ਐਲਾਨ ਕਰ ਰਹੇ ਨੇ। ਅੱਲਾ ਤੇਰਾ ਤੇ ਮੇਰਾ ਵੀ ਜੰਨਤੀ ਹੋਣ ਦਾ ਐਲਾਨ ਕਰਦੇ ਆਪਣੀ ਰਹਿਮਤ ਨਾਲ। ਆਮੀਨ। ਤੇ ਸਾਨੂੰ ਵੀ ਅਮਲ ਕਰਨ ਦੀ ਤੌਫੀਕ عطا ਫਰਮਾਏ। ਆਮੀਨ। ਆਖਿਆ ਮੈਂ ਨਮਾਜ਼ ਤੇ ਜੀ ਪੜਨਾ ਤੁਹਾਡੇ ਆ ਗਿਆ ਫਲੇ ਤੁਹਾਡੇ ਆ ਗਿਆ ਉਸੇ ਵੀ ਤੁਹਾਡੇ ਆ ਸਦਕਾ ਖਰਾ ਸਾਰੇ ਤਰੀਕੇ ਮੇਰੇ ਤੁਹਾਡੇ ਆ ਗਿਆ ਲੇਕਿਨ ਰੱਬੇ ਕਾਬਾ ਦੀ ਕਸਮ ਹੈ ਇੱਕ ਤਰੀਕਾ ਜਿਹੜਾ ਨਾ ਮੇਰਾ ਤੁਹਾਡੇ ਤੋਂ ਐ ਉਹ ਇਬਨੇ ਉਮਰ ਅਬਦੁੱਲਾ ਇਬਨੇ ਉਮਰ ਤੁਹਾਡੇ ਤੋਂ ਹਟ ਕੇ ਵੇ ਪੁੱਛਿਆ ਕਿਹੜਾ ਤਰੀਕਾ ਹੈ ਫਰਮਾਇਆ ਜਿਸ ਵਕਤ ਰਾਤ ਮੈਂ ਆਪਣੇ ਬਿਸਤਰ ਤੇ ਜਾਣਾ ਵਾ ਆਪਣਾ ਬਿਸਤਰ ਝਾੜ ਕੇ ਬਿਸਤਰ ਸਾਫ਼ ਕਰਨਾ ਵਾ ਬਿਸਤਰ ਸਾਫ਼ ਕਰਨ ਤੋਂ ਬਾਅਦ ਮੈਂ ਆਪਣੇ ਰੱਬ ਦੇ ਵੱਲ ਧਿਆਨ ਕਰਨਾ ਵਾ ਮੈਂ ਰੱਬ ਵੱਲ ਧਿਆਨ ਕਰਕੇ ਕਹਿਣਾ ਵਾ ਯਾ ਅੱਲਾ ਸਾਰੇ ਦਿਨ ਵਿੱਚ ਜਿੰਨਾ ਬੰਦਿਆਂ ਮੇਰੇ ਨਾਲ ਜ਼ਿਆਦਤੀ ਕੀਤੀ ਜ਼ੁਲਮ ਕੀਤਾ ਹੱਕ ਤਲਫੀ ਕੀਤੀ ਗਾਲੀ ਗਲੋਚ ਕੀਤੀ ਮੇਰੇ ਨਾਲ ਕਿਸੇ ਕਿਸਮ ਦਾ ਵੀ ਕੋਈ ਜ਼ਿਆਦਤੀ ਕੀਤੀ ਹੈ ਅੱਲਾ ਤੇਰਾ ਬੰਦਾ ਸੀ ਜ਼ਿਆਦਤੀ ਕਰਨ ਵਾਲਾ ਅੱਲਾ ਮੈਂ ਤੇਰੀ ਰਜ਼ਾ ਵਾ ਤੇ ਤੇਰੇ ਬੰਦੇ ਨੂੰ ਮਾਫ਼ ਕਰ ਦਿੱਤਾ ਸੁਭਾਨ ਅੱਲਾ ਫਰਮਾਇਆ ਅੱਲਾ ਮੈਨੂੰ ਮਾਫ਼ ਕਰਦਾ ਮੈਂ ਉਹਦੇ ਬੰਦਿਆਂ ਨੂੰ ਮਾਫ਼ ਕਰਦਾ ਤੇ ਦੱਸੋ ਹਾਂ ਅਸੀਂ ਕਦੀ ਇਹ ਤਰੀਕਾ ਅਪਣਾਇਆ ਮੇਰੇ ਪੈਗੰਬਰ ਦੇ ਸਹਾਬੀ ਜਿਨ੍ਹਾਂ ਨੂੰ ਦੇ ਬਾਰੇ ਰੱਬ ਕਹਿੰਦਾ ਰਜ਼ੀ ਅੱਲਾਹੁ ਅਨਹੁ ਵਰਸੂਹੁ ਉਹਨਾਂ ਦੇ ਨਿਸ਼ਾਨਾ ਵੇਖੋ ਉਹਨਾਂ ਦੇ ਮਕਾਮ ਵੇਖੋ ਉਹਨਾਂ ਦੇ ਅੰਦਾਜ਼ ਵੇਖੋ ਜ਼ਰਾ ਮੈਨੂੰ ਤੇ ਤੈਨੂੰ ਅੱਲਾ ਅਪਣਾਉਣ ਦੀ ਤੌਫੀਕ عطا ਫਰਮਾ ਮੇਰੇ ਅਜ਼ੀਜ਼ਾ ਮੈਂ ਤੇ ਤੁਸੀਂ ਰਾਤਾਂ ਨੂੰ ਸੌਂਦੇ ਨੇ ਅੱਜ ਹਰ ਬੰਦਾ ਬੀਪੀ ਦਾ ਮਰੀਜ਼ ਹੈ ਹਰ ਬੰਦਾ ਦਿਲ ਦਾ ਮਰੀਜ਼ ਹੈ ਹਰ ਬੰਦਾ ਮਿਹਦੇ ਦਾ ਮਰੀਜ਼ ਹੈ ਤੇ ਕਦੀ ਸੋਚਿਆ ਜੇ ਇਹ ਬਿਮਾਰੀਆਂ ਲੱਗਦੀਆਂ ਕਿਹਦੇ ਨੇ ਇਹ ਬਿਮਾਰੀਆਂ ਕਿੰਜ ਲੱਗਦੀਆਂ ਨੇ ਜੇ ਤੂੰ ਨਿੱਕੇ ਸਾਰੇ ਦਿਲ ਦੇ ਵਿੱਚ ਜਿਹਦੇ ਚ ਅੱਲਾ ਦੇ ਉਹਦੇ ਰਸੂਲ ਦੀ ਮੁਹੱਬਤ ਦੀ ਥਾਂ ਹੈ ਨਾ ਇੱਕ ਛਿਤਾਕੀ ਦੇ ਦਿਲ ਦੇ ਵਿੱਚ ਇਨਸਾਨ ਜਦੋਂ ਬੁਗਰ ਜ਼ਕੀਨਾ ਅਸਦ ਤੇ ਮੁਤਰਫ ਲੋਕਾਂ ਦੇ ਬਾਰੇ ਅਨਾਦ ਕਰ ਲੈਂਦਾ ਹੈ ਨਾ ਉਹਦੇ ਵਿੱਚ ਰੱਬ ਤੁਸੀਂ ਨੂੰ ਤੂੰ ਸੁਭਾਨ ਅੱਲਾ ਅਲਹਮਦੁਲਿਲਾ ਅੱਲਾਹੁ ਅਕਬਰ ਕਹੀ ਜਾਂਦੇ ਹੋ ਲੇਕਿਨ ਉਸ ਕਹਿਣ ਦਾ ਤਸੀਰ ਤੁਹਾਡੇ ਦਿਲ ਵਿੱਚ ਨਹੀਂ ਉਤਰਦਾ ਦਿਲ ਦੀਆਂ ਨਾਲਾਂ ਬੁਗਜ਼ਰਾ ਬੰਦ ਹੋਈਆਂ ਹੁੰਦੀਆਂ ਨੇ ਉਦੋਂ ਬੰਦੇ ਨੂੰ ਬੀਪੀ ਹੋ ਜਾਂਦਾ ਜੇ ਉਦੋਂ ਬੰਦੇ ਨੂੰ ਉਸ ਤੋਂ ਬਾਅਦ ਬੰਦੇ ਨੂੰ ਬਿਮਾਰੀਆਂ ਮਿਹਦੇ ਦੀਆਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਉਹਨੂੰ ਹਾਰਟ ਦੇ ਮਸਲੇ ਬੰਦੇ ਨੇ ਮੇਰੀ ਅਜ਼ੀਜ਼ਾ ਮੇਰੇ ਨਬੀ ਦੀ ਸੁਨਨਤ ਮੇਰੇ ਸਹਾਬਾ ਦੇ ਤਰੀਕੇ ਅਪਣਾ ਲੈ ਰਾਤੀ ਦਿਨ ਸਾਫ਼ ਕਰਕੇ ਸੌਂ ਕੋਈ ਬਿਮਾਰੀ ਤੇਰੇ ਨਜ਼ਦੀਕ ਆਉਣ ਲੱਗੀ ਨਹੀਂ ਸੁਭਾਨ ਅੱਲਾ ਦਿਲਾਂ ਨੂੰ ਸਾਫ਼ ਕਰ ਲਾ ਅੱਜ ਦੀ ਮੈਂ ਬੜਾ ਖੁਸ਼ ਹਾਂ ਮੈਂ ਵਿੱਚ ਇਨਸਾਨ ਮਿਟਦਾ ਜਾ ਰਿਹਾ ਹੈ ਮੇਰੀ ਅਜ਼ੀਜ਼ਾ ਤੇਰੇ ਮਹਾਲ ਤੇਰੀਆਂ ਮਾਣੀਆਂ ਤੇਰੀਆਂ ਜਾਇਦਾਦਾਂ ਤੇਰੇ ਬਹੁਤੇ ਪੁੱਤਰ ਤੇਰਾ ਵੱਡਾ ਕਬੀਲਾ ਤੇਰਾ ਖਾਨਦਾਨ ਅੱਲਾ ਨੇ ਤੇ ਦੋ ਲਫ਼ਜ਼ਾਂ ਚ ਕਹਿ ਸੜਿਆ ਕੁੱਲੋ ਮਨ ਅਲੇ ਖਫਾਨ ਇਹਨਾਂ ਸਾਰਿਆਂ ਫਨਾ ਹੋ ਜਾਣਾ ਹੈ ਤੇ ਰੱਬਾ ਫਿਰ ਪਿੱਛੇ ਕੀ ਰਹਿਣਾ ਕਹਿਣਾ ਵਾ ਜਬ ਬਾਬਾ ਜੀ ਰੱਬੀ ਕਾ ਜ਼ੁਲ ਜਲਾਲ ਵਾਲੀ ਕਰਾਮ ਕੱਲੇ ਜ਼ੁਲ ਜਲਾਲ ਵਾਲੀ ਕਰਾਮ ਰੱਬ ਦੀ ਜ਼ਾਤ ਦਾ ਨਾਮੋ ਨਿਸ਼ਾਨ ਬਾਕੀ ਰਹਿ ਸੁਭਾਨ ਅੱਲਾ ਸੁਭਾਨ ਜੇ ਅਸਾਂ ਰਹਿਣਾ ਰਹੇ ਤੇ ਫਿਰ ਇੱਥੇ ਜ਼ੋਰ ਕਾਹਦੇ ਦਾ ਸਾਰਿਆਂ ਜੇ ਅਸਾਂ ਇੱਥੇ ਰਹਿਣਾ ਨਹੀਂ ਤੇ ਇੱਥੇ ਜੰਮ ਕੇ ਕਿਉਂ ਪੈ ਗਿਆ ਜੇ ਜਾਣਾ ਅੱਗੇ ਤੇ ਤਿਆਰੀ ਅੱਗੇ ਦੀ ਕਿਉਂ ਨਹੀਂ ਮੇਰੀ ਅਜ਼ੀਜ਼ਾ ਮੈਂ ਤੇ ਤੁਸੀਂ ਕਿਉਂ ਨਹੀਂ ਉਸ ਪੈਗੰਬਰ ਦੇ ਸਹਾਬਾ ਤੇ ਨਬੀ ਦੇ ਤਰੀਕਿਆਂ ਦੇ ਉੱਤੇ ਜ਼ਿੰਦਗੀ ਦੇ ਵਿੱਚ ਅਮਲ ਪੈਰਾ ਹੁੰਦੇ ਉਹ ਮੇਰੇ ਸਹਾਬੀ ਕਿ ਮੇਰੇ ਨਬੀ ਦੇ ਸਹਾਬੀ ਕਿਵੇਂ ਦੇ ਸਹਾਬੀ ਸਨ ਅੱਜ ਤੁਹਾਨੂੰ ਦਰਸਵਾ ਤੇ ਬੁਲਾਇਆ ਜਾਏ ਨਾ ਦਰਸਵਾ ਤੇ ਬਾਜੀ ਨੇ ਉਹਦੇ ਖਾਮੀ ਨਾ ਪਹਿਲਾਂ ਤਿਆਰ ਕਰਵਾਏ ਹੁੰਦੇ ਆ ਜੋ ਜੋ ਉੱਥੇ ਦਰਸੇ ਆ ਜੋ ਜੋ ਉੱਥੇ ਦਰਸੇ ਤੇ ਕਈ ਇਹੇ ਜੀ ਮੇਰੇ ਨਾਲ ਦੀਆਂ ਗੁਨਾਹਗਾਰ ਬਦਨਸੀਬ ਸ਼ਾਪੀ ਕਰਨ ਗਈਆਂ ਹੁੰਦੀਆਂ ਕੋਈ ਪੇਕੇ ਤੁਰ ਗਈ ਹੋਵੇ ਜੀ ਕੋਈ ਬਹਾਨਾ ਲਾ ਕੇ ਕੋਈ ਘਰ ਪਈ ਹੋਵੇ ਜਿਹਨੂੰ ਇੱਥੇ ਪੀੜੇ ਇੱਥੇ ਪੀੜੇ ਬਹਾਨਾ ਕਹਿ ਚੋ ਸਹੀ ਨਹੀਂ ਹੋ ਸਕਦੀ ਇਹ ਬਹਾਨਾ ਨਾ ਸਮਝੋ ਸਾਰਿਆਂ ਦਾ ਕਈ ਐਸੇ ਆ ਨੇ ਕਿ ਜਿਹਨਾਂ ਨੂੰ ਅੱਲਾ ਨੇ ਤੌਫੀਕ ਹੀ ਨਹੀਂ ਦਿੱਤੀ ਕਿ ਉਹਨਾਂ ਦਾ ਦਿਲ ਸੁਣ ਸਕਣ ਅੱਲਾ ਇੱਥੇ ਆ ਕੇ ਕੋਈ ਐਸਾ ਮਹਾਸ ਨਹੀਂ ਤੁਸੀਂ ਲੜਨਾ ਰੱਬ ਦੇ ਦਿਲ ਦੀ ਗੁਫ਼ਤਗੂ ਸੁਣਨੀ ਹੈ ਪਤਾ ਨਹੀਂ ਕਿਹੜੀ ਗੁਫ਼ਤਗੂ ਸੁਣ ਕੇ ਤੁਸੀਂ ਤੌਬਾ ਕਰੋ ਤੇ ਅੱਲਾ ਤੁਹਾਡੇ ਪਿਛਲੇ ਮੇਰੇ ਤੇ ਤੁਹਾਡੇ ਗੁਨਾਹ ਮਾਫ਼ ਫਰਮਾ ਦੇ ਅੱਲਾ ਆਪਣੀ ਰਹਿਮਤ ਕਰ ਦੇ ਸਾਡਿਆਂ ਦਿਲਾਂ ਨੂੰ ਸਾਫ਼ ਕਰ ਦੇ ਅਗਰ ਦੇਖੋ ਤੁਸੀਂ ਤਾਮਨ ਕਰਦੇ ਹੋ ਅੱਲਾ ਤੁਹਾਡੇ ਤਾਮਨ ਨੂੰ ਕਬੂਲ ਕਰੇ ਇਹ ਤੁਸੀਂ ਆਪਣੇ ਮਾਲ ਚੋਂ ਨਹੀਂ ਕਰਦੇ ਰੱਬ ਨੇ ਕੁਰਾਨ ਚ ਜਿੱਥੇ ਵੀ ਕਿਹਾ ਨਾ ਜਿਹੜੇ ਤੇ ਖੂਨ ਦਾ ਖਰਚ ਕਰਦਾ ਅੱਲਾ ਕਹਿੰਦਾ ਜਿਹੜਾ ਮਾਲ ਮੈਂ ਤੁਹਾਨੂੰ ਦਿੱਤਾ ਮਿਨ ਮਾਲ ਸਕਨਾ ਹਮ ਜਿਹੜਾ ਮੈਂ ਤੁਹਾਨੂੰ ਰਿਜ਼ਕ ਦਿੱਤਾ ਉਹਦੇ ਚੋਂ ਜੋ ਤੇ ਖੂਨ ਖਰਚ ਕਰਦਾ ਤੇ ਜੇ ਤੁਸੀਂ ਚੱਲ ਕੇ ਆਉਂਦੇ ਹੋ ਤੇ ਬਾਜੀ ਸਿਰ ਇਹਸਾਨ ਨੂੰ ਨਹੀਂ ਲੱਗਦਾ ਕਰਦੇ ਹੋ ਇਹ ਅੱਲਾ ਦੀ ਤੌਫੀਕ ਦੇ ਨਾਲ ਕਿਆਮਤ ਹੈ ਤੇ ਜਿਸ ਦੇ ਰੱਬੀ ਨਫਸ ਦਾ ਤਸਕਰੇ ਹੋਣਗੇ ਨਾ ਅੱਲਾ ਕਹੇਗਾ ਬੀਬੀ ਘਰ ਬਾਰ ਛੋੜ ਕੇ ਆਪਣੇ ਜ਼ਰੂਰੀ ਕੰਮ ਛੋੜ ਕੇ ਆਪਣੇ ਮਸ਼ੀਨਾਂ ਸਾਰਾ ਕੁਝ ਬੰਦ ਕਰ ਕਰਾ ਕੇ ਤਾਲੇ ਮਾਰ ਕੇ ਤੂੰ ਰੱਬ ਦੇ ਦੀਨ ਵਾਸਤੇ ਜਿਹੜਾ ਫਲਾਣੇ ਮਦਰਸੇ ਚ ਬਹਿ ਕੇ ਅੱਲਾ ਦਾ ਕੁਰਾਨ ਮੁਹੱਬਤ ਨਾਲ ਸੁਣਿਆ ਪੈਂਦਾ ਤੇ ਆਪਣਾ ਗੁਨਾਹਾਂ ਤੇ ਨਜ਼ਰ ਮਾਰ ਕੇ ਤੇ ਅੱਖਾਂ ਚ ਅੱਥਰੂ ਆ ਗਿਆ ਸੀ ਨਾ ਤੈਨੂੰ ਰੱਬ ਦੀਆਂ ਹਜਾਵਾਂ ਯਾਦ ਆ ਗਈਆਂ ਨਾ ਤੈਨੂੰ ਮੇਰੇ ਪੈਗੰਬਰ ਦੇ ਨਾਲ ਵਫਾਵਾਂ ਯਾਦ ਆ ਗਈਆਂ ਨਾ ਤੈਨੂੰ ਮੇਰੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਥੀਆਂ ਦਾ ਤਰੀਕਾ ਸੁਣ ਕੇ ਅਮਲ ਪੈਰਾ ਹੋ ਗਈ ਸੀ ਨਾ ਰੱਬ ਕਹੇਗਾ ਬੀਬੀ ਮੈਂ ਤੇਰੇ ਉਸ ਦਿਲ ਦੇ ਬਦਲੇ ਤੇਰੇ ਮਾਜ਼ੀ ਦੇ ਸਾਰੇ ਗੁਨਾਹ ਮਾਫ਼ ਫਰਮਾ ਦੇ ਸੁਭਾਨ ਅੱਲਾ ਫਿਰ ਅਸੀਂ ਕਵਾਂਗੇ ਅਸੀਂ ਘਾਟੇ 'ਚ ਨਹੀਂ ਗਈਆਂ ਜਿਹੜੀ ਸੇਲ ਤੋਂ ਅਸਾਂ ਲੁੱਟਮਾਰ ਕੀਤੀਆਂ ਜ਼ਿੰਦਗੀ 'ਚ ਕਿਸੇ ਹੋਰ ਨੇ ਖਰੀਦਦਾਰੀ ਨਹੀਂ ਕੀਤੀ ਸਾਨੂੰ ਰੱਬ ਨੇ ਮੌਕਾ ਦਿੱਤਾ ਹੈ ਅੱਲਾ ਨੇ ਉਲਾਦਾ ਸਭ ਨੂੰ ਅਤਾ ਕੀਤੀਆਂ ਨੇ ਮੇਰੀ ਅਜ਼ੀਜ਼ਾ ਤੇਰਾ ਮੇਰਾ ਬੇਟਾ ਡਾਕਟਰ ਇੰਜੀਨੀਅਰ ਕਰਨਲ ਜਨਰਲ ਜੋ ਵੀ ਬੰਦਾ ਹੈ ਨਾ
अक्सर बच्चे के पढ़ने तो बाद क्या करते हैं, वो अपने इलाके छोड़ जाते हैं, वड्डे शहर च मुंतकिल हो जाते हैं। अम्मा जी जो ने पिछू फिर एक दे हिस्से आते हैं, इतने पक्के रह जाते हैं। मैनू नहीं पता तुहाडे इलाके की बात नहीं, मैं वैसे बात कर रही हूँ। मेरी अजीजा तेरा बच्चा किसी भी स्टेटस से चला जाए, पता नहीं तुम उसका माल खाना है नहीं खाना, तुहाडे नसीबां च मेरी तरह दवाइया हिस्से च आनिया ने, वह भी किसी लिया के देनिया ने कि आप ही खरीदन जानिया ने। लेकिन जे तेरी बच्ची या बच्चा रब का कुरान पढ़ लेगा ना, तेरा बच्ची बच्चा नमाजी बन जाएगा ना, तेरा बच्ची बच्चा रब के कुरान की एक आयत भी पढ़ लेगा, मेरे पैगंबर जनाबे मुहम्मद सल्लल्लाहु अलैहि वसल्लम ने कीते वादियां के मुताबिक फरमाया, वो बंदा दुनिया में मौजूद होवे, दुनिया तो चला जाए, वो बंदा जिथे भी होगा ओदी औलाद पढ़े रब्बा नफ़िली वाले वाली दैया वाले मोमिनीन यौम अलकुमुर हिसाब। अल्लाह ओदे वालदैन दे मोमिनीन रिश्तेदार अजीजो कारा ते सगीरा ते कबीरा गुनाह माफ फरमा देवे। दुनिया से उच्चे महल माणिया कि कोशिशा करके बनाने, जुदाइया कट के बनाने, पुत्र बाल कल के खामद बाल कल के जुदाइया कट के ये बन जाए, गाड़ी नवे न्यू मॉडल हो जाए, मकान उच्चा हो जाए, नादम जमीन खरीद लीए, ये कर लीए वो कर लीए, लेकिन अल्लाह के दीन वाते तेन ते मैं पुत्र भेजन लगे भी साढ़े दिल कंब जाने। आ मैं अपने बच्चे तो बगैर रह नहीं सकती, मैं मदरसे नहीं भेजना। बेटिया के मामले कहने जी असं अपनी बेटी तो बगैर मेरा टाइम नहीं गुजरता, मैं अपनी बेटी को मदरसे नहीं भेजना। लेकिन याद रखा जी जी तजारत तुम दुनिया की की है ना, वो अच्छी तजारत हल है तुम लोगों। अल्लाह रब ने नबी ने फरमाया, मैं तुम्हें को दसा कोई ऐसी तजारत आख्या दसो, फरमाया सब तो अच्छी तजारत दीन की तजारत, जे जिन्हें यह तजारत कर ली ओरी नस्ल क्यामत तक आने वाली नस्ल न मां क्या जो दुनिया बनी ओरी नस्ल गई नो अल्लाह अजरे अजीमत फरमाया। पता लगा एक खजाने अच्छे खजाने ने, जेडे सहाबियां दा जे तज़किरा कर रहे ना, वो ते ऐसे सहाबी सन, उन्होंने मैदाने जंग च भी वास मारी जांदी सी ना, आओ आओ इन फिर उफी सबीलिल्लाह, कन्ना च वास पै गई इन फिर उफी सबीलिल्लाह, इन फिर उफी सबीलिल्लाह, आओ अल्लाह दी राह च निकल पवो, निकल पवो, रब्बे काबा दी कसम है, और रब दी राह च निकल लग्या नी इक लम्हा नहीं सोचदे। देख मेरे नबी ने सहाबी हमजा रजी अल्लाह तआला अन्हु जहाद वास्ते आवाज मारिए, रब दी राह च निकलन वास्ते आवाज मारिए, मेरे नबी दे सहाबी उन्हां पैरां ते बगैर गुस्सल तो जहाद वास्ते निकल पैंदे। बदले वजू करके आओगे उमरे ते हज दा सवाब देगा। लोको आओ मस्जिद वल, तुसी जिन्नी देर मस्जिद ठहरोगे रब ने कुरान ने किधरे भी नहीं जे किया कि मैं भाबिया जन्नत में खड़ना है, किधरे नहीं जे किया सुनिया जाना है, किधरे नहीं किया दियोबंदियां जाना है, किधरे नहीं हनफी शाफी मालकी का क्या, बल्कि रब ने कुरान ने इको ही बात की मैं युते इल्ला हमारा रसूल जिते अतात की अल्लाह के रसूल दी ओनू युद्ध ही रूहुल जन्ना, अल्लाह ओनू जन्नत में दाखिल करेगा, इसको अलावा किसी और दाखिल कर लगा। हिंसा रजी अल्लाह ताला हो जे जहाद वास्ते निकल पे ते मेरे पैगंबर दे सहाबी दी शहादत हो गई मैदाने जंग विच। जरा गौर करया जे अल्लाह साडी इस महफिल दे फरिश्तियां दा हुजूर फरमाए, जिस वक्त शहादत हो गई ते मेरे पैगंबर दे सहाबी दी बीवी कहंदे ने सोहणिया तुहाडी आवाज आई सी, ओ रुके नहीं, चले गए ने फौरन जहाद वास्ते, शहीद हो गए, उन्होंने गुस्सा नहीं किया। रब दे नबी ने फरमाया उन्होंने मेरी एक आवाज ते लबै के आए, अल्लाह दे हुक्म ते लबै के आए, रब्बे काबा दी कसम है मैं पैगंबर देख रहा हां, अर्शा तो रब ने फरिश्तिया दा नज़ूल करके इंसानां नूं गुस्सा दे रहे, सुभान अल्लाह, नहीं उन्होंने गुस्सा भी फरिश्ते दे रहे।
इंतजाम किवें हो गया है। रब के पैगंबर सहाबी जाके देखते हैं
घोड़ा सही सालम खलोता होया है लेकिन ओदे कान दे पीछे थोड़ी सारी धूड बाकी है। जरका गुलाम कहंदा मैं भी कोल खड़ा हां मैं के सोनिया इतनिया ज्यादा तुत जस सच क्यों पै गया है तेरे दिल दी ख्वाहिश सी इतना सग मैं तेरिया हकूमता वेखिया ने तू ख्वाहिशा नहीं कीतिया अज इन्ने अरसे बाद पहली दफा तेरे दिल विच तेरे मुंह जो ख्वाहिश निकली है मेरा दिल करता सी मैं पूरी करा मैं मछली लेके आ गया वा मेरे पैगंबर दे सहाबी उमरे फरूक रजी अल्लाह तआला अन्हो मैं सदके जावा इतने बड़िया हकूमत का मालक उमर रो रो के दाड़ी मुबारक बगो दिती है। जरका कहंदे ने मैं ताड़ी ख्वाहिश पूरी कीती है केरी गल तो रोने आ रहे ने मेरे पैगंबर ते सहाबी कहंदे ने ओ जरका रब्बे काबा दे कसम है उमर कोई दे चंगे अमल कोई नहीं जड़े अल्लाह दे सामने पेश करके अर्जा करे नी उमर दे कोल एडियां सवड़ियां कोई एडियां लिस्टां माल वालियां ने जड़ियां अल्लाह दे अगे रख देवेगा उमर दे अगे उमर ने अपने दिल की ख्वाहिश पूरी करने वास्ते मैनू 8 मील बजाया मैनू 8 मील वापस लेके आया मैं 16 मील का सफर किया। अल्लाह पूछेगा घोड़िया क्यों किया घोड़ा कहे या अल्लाह तेरे उमर दे दिल की ख्वाहिश पूरी करने वास्ते किया है। उमर कहंदा रब्बे काबा दी कसम ओ यरका जड़े मुहम्मद दा कलमा पढ़िया ही ना जिहदे रब दे हथ विच मेरी जान ए जे अल्लाह ने इहदे ते कोई सवाल ओ जवाब करके तेनू ते मैनू खला लिया ते कोई साडी कोई भी अमल सानू छड़ा सकण लगा नहीं। असि ख्वाहिशां पूरियां करन वास्ते जरा गौर कर लो अपना शादियां वाले अपना शादियां ते मारो खुशी दे मौके हुंदे ने उदों बंदे नूं खुदा खुलिया हुंदा है अपने वफा के मौके से मारो नजर उधर सानू रब के उधर रसूल के तरीके कार के उन्होंने अहकाम भुले होंगे अपने बच्चों की विलादत से नजर मारो ज्यादा दूर ना जाओ उधर सानू अल्लाह के पैगंबर जनाबे मुहम्मद सल्लल्लाहु अलैहि वसल्लम दी सुन्नतां भुलदा होंगे। यरका गुलाम कहंदा मैं जिंदगी जितना अपने माए बाप दुनिया तो गए सर नहीं सर रोया जिन्ना मैं उम्र के इस गल से रोना आया कि जे अल्लाह सानू सामने खिलार के साड़ी ख्वाहिश के बारे पूछ लिया तो असी जवाब की देवा रब का कुरान कहंदा वामा मन खाफा मकाम रब्बी जेड़े बंदे दे दिल विच डर पै गया ना अल्लाह के सामने खलोना है खलोन का पता यकीन आ गया ना तो मैं खलोना है जिन्ना लोगों के सामने अल्लाह ने मेरे ऐबा ते पर्दे पाए ने उत्थे जाहिर होने ने जेड़ी जमीन ते मैं अज हुक्मरान बन के मालिक बन के बड़े जौ जलाल की जिंदगी गुजार रही हूं इस उस रब की जमीन है जेड़े आसमान के थले मैं गुनाह कर रही हूं लेकिन अल्लाह पर्दे पाके इस्तां दे रहा रिजक दे रहा माल दे रहा औलाद दे रहा शाबशाह दे रहा रब्बे काबा की कसम है जे दिल विच ये ख्याल आ गया ना उस मालिक ने अपने सामने खिलार के पूछ लिया कि बंदी दस तू मेरे केड़े हुक्मां दे उत्ते क्यों नाफरमानी करती रही है क्यों नहीं तो काम कीते जे क्यों दा लफ्ज आ गया ते तेनू किसे छुड़ा सकना ते दुनिया ते जे डर जावे ना वाम वाम ना हाफ हाफ काम आ रब्बे ही कि मैं उस जात दे सामने खलोना है ते रब्बे दा की रब दा कुरान कहंदा वाम वाम ना हाफ हाफ काम आ रब्बे ही वला खन नफ्स अली हवा उन्हें अपने नफस को ख्वाहिशा तो रोक लिया मैं काम नहीं करना मेरे पैगंबर ने नहीं किया उसके सहाबियों ने नहीं किया मैं गलती नहीं करनी मैं गीबत नहीं करनी मैं किसी बंदे दे नाल कता कलामी नहीं करनी मैं किसी दी हक तल्फी नहीं करनी मैं किसी दा माल हथियाना नहीं मैं किसी दी इज्जत उछालनी नहीं मैं किसी नाल ज्यादती करनी नहीं मैं किसी नूं हकीम समझना नहीं जिस मेरी अजीजा तेरे दिल विच ऐ सारियां शैवां पै गईयां ना कि रब दी जात दे सामने खलोना है फिर तू वना खन नफ्स अपने नफ्स नूं रोकेगी ना गुनाहां तू वना खन नफ्स अलील हवा ख्वाहिशां तू रोकेगी तेनू ख्वाहिश कहेगी खोलो बाल उच्चे ते अल्लाह ने गुस्सा दित्ता दिखाओ खूबसूरती तू कहेगी नहीं रब दे पैगंबर जी दा कलमा पढ़िया ना ओदे पैगंबर दी बेटी दा तरीका का ते मेरे रसूल दा हुक्म पढ़दा वे जेड़े पैगंबर दा मैं कलमा पढ़िया ना नफ्स कहेगा तू फलाणे बंदे दा जवाब दे तू कहेगी जिदा कलमा पढ़े है ना उस पैगंबर ने सहाबियां दा उस पैगंबर दा तरीका करार ते करदार ऐसी के माफ करदे सन खामोशी कर प्यार करदे सन अल्लाह तो अच्छे अजर की उम्मीद रखते सन सबर करते सन मेरी अजीजा जे तेनू थोड़ा खा कोई भी माल मिल जाए तू कहे कि मेरे रब दे रसूल दे मेरे रब दे रसूल दे ओदे तमाम सहाबा दा तरीका कार ऐसी के तकसीम करते सन ओ इसार कर
ਤੇ ਸਣ ਮੇਰੀ ਅਜ਼ੀਜ਼ਾ ਫਿਰ ਤੇ ਆਪਣਾ ਖਾਇਸ਼ਾਂ ਤੇ ਕਾਬੂ ਪਾਏਗੀ ਬਾਬਾ ਮਨ ਖਾਫਾ ਮਕਾਮ ਰੱਬੀ ਵਲਹਨ ਨਫਸਾ ਲਿਲ ਖਵਾ ਖਾਇਸ਼ਾਂ ਨੂੰ ਰੋਕੇਗੀ ਤੇ ਕੀ ਮਿਲੇਗਾ ਦੁਨੀਆ ਦਾ ਘਾਟਾ ਤੇ ਨਹੀਂ ਪੈ ਜਾਂਦਾ ਬੰਦੇ ਕਹਿੰਦੇ ਅਸੀਂ ਪਿੱਛੇ ਰਹਿ ਗਏ ਲੋਕ ਕਹਿੰਦੇ ਮੈਂ 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 ਉਹਦੀ ਸਹੀ ਰਹੀ ਮੈਂ ਉੱਥੇ ਫੌਰਨ ਡੱਬਾ ਫੜ ਲੈਂਦੀ ਨਾ ਤੇ ਮੈਂ ਮੈਨੂੰ ਬਾਅਦ ਮਿਲ ਜਾਣਾ ਸੀ ਮੈਂ ਪਿੱਛੇ ਚੁੱਕਾ ਕੇ ਬੈਠੀ ਰਹੀ ਹਾਂ ਤੇ ਮੈਂ ਇੰਤਜ਼ਾਰ ਕਰਦੀ ਰਹੀ ਹਾਂ ਮੈਨੂੰ ਡਿੱਬਾ ਨਹੀਂ ਮਿਲਿਆ ਖਾਣੇ ਵਾਲਾ ਮਹਿਫਲ ਚ ਜਦੋਂ ਦਰਸੇ ਆਇਓ ਨਾ ਤੇ ਇੱਥੇ ਦਰਸ ਮੈਂ ਖਾਣੇ ਦਾ ਦਸਗਾ ਬਾਰ ਬਾਰ ਇਸ ਤਰ੍ਹਾਂ ਸਤਾ ਰਹੀ ਹਾਂ ਕਿਉਂਕਿ ਹੋ ਸਕਦਾ ਹੈ ਕਿਸੇ ਨੂੰ ਕਮੀ ਪੇਸ਼ੀ ਹੋ ਜਾਏ ਤੇ ਮਾਫ਼ ਫਰਮਾ ਦਿਆ ਜੀ ਮੇਰੀ ਅਜ਼ੀਜ਼ਾ ਸੀ ਕਹਿੰਦੇ ਮੈਂ ਅੱਗੇ ਬੈਠੀ ਹੁੰਦੀ ਨਾ ਤੇ ਜਿਹੜਾ ਇਨਾਮ ਨਿਕਲਿਆ ਨਾ ਮੈਂ ਫੌਰਨ ਆ ਫੜ ਲੈਂਦੀ ਫਲਾਣੀ ਚੀਜ਼ ਤਕਸੀਮ ਹੋਣੀ ਸੀ ਮੈਨੂੰ ਉਸ ਵਕਤ ਨਾ ਅਸਲ ਤੇ ਮੈਂ ਘਰਾਟ ਗਈ ਸਭ ਮੈਨੂੰ ਮਿਲ ਜਾਂਦਾ ਇਹ ਦੁਨੀਆ ਦਾ ਮਾਲ ਹੈ ਕੁਰਾਨ ਕੀ ਕਹਿੰਦਾ ਹੈ ਵਾਨਾ ਖਲ ਨਫਸਾ ਨਿਲ ਹਵਾ ਜੇ ਖਾਇਸ਼ਾਂ ਨੂੰ ਰੋਕੋ ਅੱਲਾਹ ਦੇ ਰਸੂਲ ਦੇ ਨਿਜ਼ਾਮਾਂ ਤੇ ਅੱਲਾਹ ਕਹਿੰਦਾ ਫੈਨ ਜੰਨਤ ਹਯਲ ਮਾਵਾ ਅੱਲਾਹ ਤੁਹਾਡੇ ਜੰਨਤਾਂ ਵਿੱਚ ਠਿਕਾਣੇ ਬਣਾ ਛੜੇ ਅਸੀਂ ਕਹਿੰਦੇ ਫੌਰਨ ਮਿਲ ਜਾਏ ਅਭੀ ਮਿਲ ਜਾਏ ਅਭੀ ਦੇ ਚੱਕਰ ਦੇ ਵਿੱਚ ਮੇਰੀ ਅਜ਼ੀਜ਼ਾ ਜਿਹੜਾ ਸਾਡਾ ਹਾਲ ਹੈ ਨਾ ਉਹ ਇਹ ਵੇ ਕਿ ਸਾਨੂੰ ਆਪਣੇ ਉਸਤਾਦਾਂ ਨੂੰ ਉਸਤਾਦ ਦਾ ਮਕਾਮ ਦੇਣਾ ਨਹੀਂ ਆਇਆ ਮਾਂ ਬਾਪ ਨੂੰ ਉਹਦਾ ਮਕਾਮ ਦੇਣਾ ਨਹੀਂ ਆਇਆ ਰਿਸ਼ਤੇਦਾਰਾਂ ਨੂੰ ਉਹਦੇ ਹੱਕ ਅਦਾ ਕਰਨੇ ਨਹੀਂ ਆਏ ਮਾਲ ਵਿੱਚੋਂ ਖਰਚ ਕਰਨ ਦਾ ਨਹੀਂ ਆਇਆ ਸਾਨੂੰ ਅੱਛੇ ਤਰੀਕੇ ਨਾਲ ਆਪਣੇ ਪੈਦਾ ਕਰਨ ਵਾਲੇ ਰੱਬ ਦੀ ਇਬਾਦਤ ਕਰਨੀ ਨਹੀਂ ਆਈ ਕਿਉਂਕਿ ਅੰਦਰ ਇੱਕ ਸ਼ੋਰ ਹੈ ਇੱਕ ਦਿਲ ਦੇ ਵਿੱਚ ਇੱਕ ਸ਼ੋਰ ਹੈ ਆਪਣੀ ਮੈਂ 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 ਸ਼ੈਤਾਨ ਵਾਲੇ ਉਹ ਹੀ ਲਫ਼ਜ਼ ਆਨਾ ਖੈਰੁਮ ਮਿਨ ਸ਼ੈਤਾਨ ਨੇ ਵੀ ਆਖਿਆ ਸੀ ਮੈਂ ਬਿਹਤਰ ਆ ਅਸੀਂ ਆਪਣੀ ਬਿਹਤਰੀ ਮਨਾਉਣ ਦੇ ਚੱਕਰ ਚ ਕੁਰਾਨ ਦੀ ਮਹਿਫਲ ਚ ਵੀ ਬੈਠੇ ਹੁੰਦੇ ਆ ਤੇ ਆਪਣਾ ਮਵਾਜ਼ਨਾ ਲੋਕਾਂ ਨਾਲ ਕਰ ਰਹੇ ਹੁੰਦੇ ਆ ਅਸੀਂ ਦੀਨ ਦਾ ਦਰਸ ਸੁਣ ਰਹੇ ਹੁੰਦੇ ਆ ਲੇਕਿਨ ਅਸੀਂ ਆਪਣੇ ਮਾਮਲਾਤ ਜਿਹੜੇ ਨਾਲ ਦਿਨ ਦੇ ਵਿੱਚ ਹੱਲ ਕਰ ਰਹੇ ਹੁੰਦੇ ਆ ਸਾਡਾ ਦੀਨ ਵੱਲ ਧਿਆਨ ਹੁੰਦਾ ਨਹੀਂ ਮੇਰੀ ਅਜ਼ੀਜ਼ਾ ਇਹ ਮੈਂ ਨੂੰ ਖਤਮ ਕਰਕੇ ਸਮਝੋ ਮੈਂ ਦੁਨੀਆ ਦਾ ਸਭ ਤੋਂ ਗੁਨਾਹਗਾਰ मैं दुनिया का सब तो आजिज ते नुकसान मैं दुनिया का सब तो खताकार मैं सब तो छोटा इंसान हाँ यह बंदा बेशक गरीब है लेकिन अल्लाह के नबी ने फरमाया है जेडे गरीब होंगे बीमार होंगे तंग दस्त होंगे परेशान होंगे वह बाकी लोगों की नस्बत 50,000 साल पहला रब की जन्नत में दाखिल होंगे फिर यह सोचना है कि जे रब ने मेरे को मेरा कोठियां गड्डिया मकाना का हिसाब ले लिया अल्लाह साढ़े साहब ना लवे इन्हें जायदादा का हिसाब ले लिया तो फिर असं क्या जवाब देवे यह सोचना जिन्होंने अल्लाह ने अता नहीं किया जन्नत के अच्छा दे हाँ एक इन्होंने आला मकाम ने इन्होंने हिसाब तो बगैर जन्नत के दाखले ने इन्हें 50,000 साल पहला जन्नत में जाना है उन्होंने इन्हों दर्जा जानते हुए मेरे अजीजा उन्होंने इहतराम करना है यह नहीं समझना साढ़े काजी साहब इन्नी तनखा तू साड़ी मस्जिद ने 80 तनखा दे रहे हैं यह बाजी मदरसा पढ़ा रहे तनखा 80 दे रहे हैं यह मदरसा साढ़े सिर से चल रहा नहीं कहना मेरे अल्लाह का शुक्र है अल्लाह ने कायनात जितने लोगों को माल दिता है मेरे पिंड में दिता है लेकिन अल्लाह ने मुझे वो माल अता किया है जिहड़ा मैं उहदे राह विच खर्च कर रही हाँ लोग तो हजारा रुपया शादियां तो लुटा देते हैं लेकिन अल्लाह अल्लाह चीज पसंद नहीं होती सिर्फ अल्लाह की निजान अल्लाह के निजान नहीं लुटा रहे होंगे अल्लाह की नशीहत चाहते हैं अल्लाह के इलम च होता है मेरा बंदा मेरी बगावत कर रहा है लेकिन अल्लाह देख रहा होता है अल्लाह के इलम च होता है लेकिन अल्लाह की निजात शामिल नहीं होती अल्लाह की राज तुहाडा एक सिक्का एक दिरहम एक दिनार नबी पाक सल्लल्लाहु अलैहि वसल्लम के हदीस के मुताबिक अपने माल को तंग होकर खर्च करना रब्बे काबा की कसम है मालदार बंदे ने 10 रुपया खर्च तो ज्यादा खर्च करने तो ज्यादा तुहाडा एक दिरहम एक रुपया अहमियत रखता है क्योंकि तुम तंग अपने थोड़े सारे माल चु खर्च कर रहे हो जरा ज्यादा कर रहा है ज्यादा सारे माल चुका रहे हैं जिन्हें पैगंबर के सहाबिया के तुम तस्करे सुन रहे हो वह मेरे नबी के सहाबी वो सहाबी सन जिन्हें मेरे पैगंबर की सिर्फ गुफ्तगू जाना नहीं सर देंगे हुक्मां से जाना नहीं सर देंगे आवाजा से जाना नहीं सर देंगे बल्कि मेरे नबी की अखा बंद करके खुशबू तो पछाण लिया करते सर मुसलमान रह गया कुफ्तार के गल्ला सुन लो साडे कोलों लेकिन करदार जिहड़ा है मुसलमान वाला नहीं रहा मेरी अल्लाह तेनू ते मैनू सही मन चमत तौफीक अता फरमाए मेरे रब के पैगंबर जिन्हां दा तुसी कलमा पढ़िया जदों हुक्म आया ना नाराजी होया जे लोगो अज अल्लाह ने तुहाडे ते ओह दीन मुकम्मल कीता जिहड़ा किसे होर उम्मत ने कीता ते रब ने कहा हाय दा उम्मत कुरान तुहानू कहे बेहतर सब तो चंगी उम्मत अल्लाह फिर क्यों कल्या की करेगी अल्लाह ने उखरे जा कल्या ना सी
ਅੱਜ ਸਾਡੀ ਮਸਜਿਦ ਵਿੱਚ ਬੰਦੇ ਆਉਂਦੇ ਹੁੰਦੇ ਨੇ 20 ਤੇ ਅਸੀਂ ਉਹਨਾਂ ਨੂੰ ਆਪਣੀ ਗੁਫ਼ਤਗੂ ਦੇ ਨਾਲ ਆਪਣੇ ਤਰੀਕੇ ਦੇ ਨਾਲ ਵੀਹਾਂ ਤੋਂ 10 ਕਰ ਦਿੰਦੇ ਨੇ ਤੇ ਜੇ ਮਦਰਸੇ ਨੂੰ ਕੋਈ ਆਉਂਦੇ ਹੁੰਦੇ ਨੇ ਤੇ ਅਸੀਂ ਆਪਣੇ ਰੋਹ ਪਾ ਕੇ ਤੇ ਬੰਦਿਆਂ ਨੂੰ ਚਿੜਕ ਚੜਕਾ ਕੇ ਤੇ ਅਗਲੀ ਵਾਰੀ ਉਹ 50-30 ਕਰ ਦਿੰਦੇ ਥੋੜਾ ਸਾਰਾ ਤਰੀਕਾਕਾਰ ਵੇਖਿਆ ਜੇ ਮੇਰੇ ਨਬੀ ਦੇ 4 ਤੋਂ ਸ਼ੁਰੂ ਹੋਏ 45 ਹੋਏ ਸ਼ਾਬੀ ਅਬੀ ਲਾਲਤ ਜਦੋਂ ਵਾਰੀ ਆਈ ਤੇ 82 ਹੋ ਗਏ ਜਿਦੋ ਹਿਜਰਤ ਦਾ ਵਕਤ ਆਏ 115 ਹੋ ਗਏ ਜਿਦੋ ਜੰਗੇ ਬਦਲ ਦੀ ਵਾਰੀ ਆਈ 313 ਹੋ ਗਏ ਵਧਦੇ ਗਏ ਨੇ ਘਟੇ ਨੇ ਸੁਭਾਨ ਅੱਲਾ ਫਰਮਾਇਆ ਕਿ 200 ਦਾ ਹਦੀਬੀਆ ਹੋਈ 1400 ਹੋ ਗਏ ਫਤਹ ਮੱਕਾ ਹੋਇਆ ਰੱਬ ਨੇ 10000 ਕਰ ਛੱਡੇ ਗਜ਼ਵਾ ਨੈਨ ਦੇ ਬਾਅਦ 10000 ਕਰ ਛੱਡੇ ਜਦੋਂ ਗਜ਼ਵਾ ਨੈਨ ਹੋਇਆ 12000 ਹੋ ਗਏ ਘਟੇ ਨਹੀਂ ਬੱਚੇ ਨੇ ਗਜ਼ਵਾ ਤਬੂਕ ਹੋਇਆ 40000 ਹੋ ਗਏ ਜਦੋਂ ਮੇਰੇ ਪੈਗੰਬਰ ਨੇ ਹਿਜਰਤੁਲ ਵਿਦਾ ਦੇ ਖੁਤਬਾ ਦਿੱਤਾ ਉਦੋਂ 70000 ਹੋ ਗਏ ਤੇ ਜਦੋਂ ਮੇਰੇ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਵਿਸਾਲ ਦਾ ਵਕਤ ਆਇਆ ਉਸ ਵਕਤ 125,000 ਸਹਾਬਾ ਮੱਕੇ ਤੇ ਮਦੀਨੇ ਵਿੱਚ ਮੌਜੂਦ ਸਨ ਮੇਰੀ ਅਜ਼ੀਜ਼ਾ ਇਹ ਉਹ ਸਹਾਬੀ ਸਾਹਿਬ ਜਿਨ੍ਹਾਂ ਦਾ ਅੱਜ ਅਸੀਂ ਤਸਕਰਾ ਕਰ ਰਹੇ ਹਾਂ ਉਹਨਾਂ ਦੇ ਗੁਫ਼ਤਗੂ ਉਹਨਾਂ ਦਾ ਚੱਲਣਾ ਉਹਨਾਂ ਦਾ ਫਿਰਨਾ ਉਹਨਾਂ ਦਾ ਕੁੱਲ 23 ਸਾਲਾ ਜ਼ਿੰਦਗੀ ਚ ਮੇਰੇ ਨਬੀ ਦੇ ਜਿਹੜੇ ਦੀਨ ਸਿੱਖਿਆ ਸੀ ਨਾ ਮੇਰੇ ਨਬੀ ਦੀ ਤਬਾ ਸਿੱਖੀ ਸੀ ਨਾ ਅਤਾਤ ਸਿੱਖੀ ਸੀ ਨਾ ਕੁਰਾਨ ਸਿੱਖਿਆ ਸੀ ਨਾ 23 ਸਾਲਾ ਜ਼ਿੰਦਗੀ ਚ ਜਿਹੜਾ ਉਹਨਾਂ ਕੁਰਾਨ ਸੁਣਿਆ ਸਿੱਖਿਆ ਉਹਦੇ ਤੇ ਅੰਜ ਅਮਲ ਪੈਰਾ ਹੋਏ ਸਨ ਕਿ ਤੁਰਦਾ ਫਿਰਦਾ ਇਸਲਾਮ ਨਜ਼ਰ ਆਉਂਦਾ ਸੀ ਇਸਲਾਮ ਚੱਲ ਰਿਹਾ ਕੋਈ ਗਾਰ ਚੋਂਦਾ ਸੀ ਪਹਾੜ ਚੋਂਦਾ ਸੀ ਉਹਨਾਂ ਦੀ ਗੁਫ਼ਤਗੂ ਉਹਨਾਂ ਦਾ ਕਰਾਰ ਦੱਸਦਾ ਸੀ ਸੋਹਣੇ ਦੇ ਸਹਾਬੀ ਨੇ ਮੈਂ ਸਦਕੇ ਕੁਰਬਾਨ ਜਾਂ ਅੱਜ ਮੈਂ ਤੇ ਤੁਸੀਂ ਦੁਨੀਆ ਉੱਤੇ ਦੁਨੀਆ ਦੇ ਮਾਮਲਾ ਚ ਇੱਕ ਲਮਹਾ ਬਾਅਦ ਵਗੇਰਾ ਫਿਰ ਕਰਨ ਤੋਂ ਬਾਅਦ ਨਹੀਂ ਹੁੰਦੇ ਉਹ ਮੇਰੇ ਪੈਗੰਬਰ ਦੇ ਉਹ ਸਹਾਬੀ ਸਨ ਜਿਹੜੇ ਅਗਰ ਪਹਾੜਾਂ ਦੇ ਵਿੱਚ ਬੱਕਰੀਆਂ ਚੁਰਾ ਰਿਹਾ ਨਾ ਕੋਈ ਸ਼ਖਸ ਬੱਕਰੀਆਂ ਚੁਰਾ ਰਿਹਾ ਉਹਨੂੰ ਕਿਹਾ ਜਾਂਦਾ ਸੀ ਹਾਂ ਥੋੜਾ ਇਹ ਮਨੂ ਦੇ ਦੇ ਬੱਕਰੀਆਂ ਮੈਂ ਤੈਨੂੰ ਮਾਲ ਦੇ ਦੇਣਾ ਵਾ ਇੱਕ ਬੱਕਰੀ ਦੇ ਦੇ ਉਹਨੇ ਕਿਹਾ ਨਹੀਂ ਨਹੀਂ ਮੇਰਾ ਮਾਲਕ ਦੇਖ ਰਿਹਾ ਹੈ ਅਰੇ ਤੇ ਕਿਆ ਪਤਾ ਚੱਲੇਗਾ ਅਬਦੁੱਲਾ ਇਬਨ ਉਮਰ ਦੇ ਸਹਾਬੀ ਦੀ ਹਦੀਸ ਹੈ ਉਹ ਕਹਿੰਦੇ ਨੇ ਕਿਆ ਪਤਾ ਚੱਲੇਗਾ ਇੱਕ ਬੱਕਰੀ ਦਾ ਕੋਈ ਫਰਕ ਨਹੀਂ ਪੈਂਦਾ ਅੱਜ ਬੱਚੀਆਂ ਕੋਈ ਵੀ ਮਦਰਸੇ ਦੀਆਂ ਹੋਣ ਘਰਾਂ ਦੀਆਂ ਹੋਣ ਮੈਂ ਹੋਵਾਂ ਤੁਸੀਂ ਹੋਵਾਂ ਅਸੀਂ ਕਹਿੰਦੇ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਹੈ ਮੈਂ ਆਪ ਮਾਲ ਹਾਂ ਮੇਰਾ ਵੀ ਉਹਨਾਂ ਹੀ ਹੱਕ ਹੈ ਲੇਕਿਨ ਨਬੀ ਦੇ ਤਰੀਕੇ ਤੇ ਜਿਹੜੇ ਸੁਨਨ ਦੇ ਤਰੀਕੇ ਤੇ ਰੱਬ ਦੇ ਪੈਗੰਬਰ ਦੇ ਹਦੀਸਾਂ ਦੇ ਨਾ ਇਹ ਤੇਰੀ ਮੇਰੀ ਇਹ ਤਬਾਹ ਵਾਸਤੇ ਆਈਆਂ ਨੇ ਤੇਰੀ ਮੇਰੀ ਨਜਾਤ ਵਾਸਤੇ ਆਈਆਂ ਇਹ ਸਿਰਫ ਕਿਤਾਬਾਂ 'ਚ ਲਿਖਣ ਵਾਸਤੇ ਨਹੀਂ ਆਈਆਂ ਸਿਰਫ ਮਦਰਸਿਆਂ 'ਚ ਪੜ੍ਹਨ ਦੀ ਹੱਦ ਤੱਕ ਨਹੀਂ ਆਈਆਂ ਬਲਕਿ ਜ਼ਿੰਦਗੀ 'ਚ ਪੈਰਾਂ ਤੋਂ ਲਾ ਕੇ ਸਿਰ ਤੇ ਉਹਦੇ ਪੈਰਾਂ ਤੋਂ ਲਾ ਕੇ ਸਿਰ ਤੇ ਵਾਲਾਂ ਦੇ ਆਪਦੀ ਛੋਟੀ ਤੱਕ ਦੇ ਉੱਤੇ ਅਮਲ ਕਰੋ ਤੇ ਟੁੱਟਦਾ ਫਿਰਦਾ ਨਜ਼ਰ ਆਵੇਗਾ ਬੱਚੀ ਫਲਾਂ ਮਦਰਸੇ ਤੋਂ ਪੜ੍ਹੀ ਹੈ ਫਲਾਂ ਨੇਕ ਮਾਂ ਬਾਪ ਦੀ ਬੇਟੀ ਹੈ ਫਲਾਂ ਘਰਾਣੇ ਦੀ ਬੱਚੀ ਹੈ ਤੇ ਹਾਂ ਕਰੋ ਪਰੇਸ਼ਾਨ ਦੁੱਖ ਆ ਜਾ ਤੇ ਮੇਰੇ ਅੱਲਾ ਦੇ ਦਰਜੇ ਵਧਾਉਣਾ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਲਿਆਉਂਦੇ ਨੇ ਉਹਦੇ ਇਸਲਾਮ ਦੀ ਵਜ੍ਹਾ ਤੋਂ ਦੁੱਖ ਲਿਆਉਂਦੇ ਮੇਰੀ ਅਜ਼ੀਜ਼ਾ ਰੱਬ ਦੇ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦੀ ਮੈਂ ਤਸਕਰਾ ਕਰ ਰਹੀ ਹਾਂ ਉਹਨਾਂ ਦੇ ਸਹਾਬੀ ਅਬਦੁੱਲਾ ਇਬਨ ਉਮਰ ਕਹਿੰਦੇ ਨੇ ਅਗਰ ਇੱਕ ਬੱਕਰੀ ਦੇ ਦਿਓ ਕੀ ਫਰਕ ਪੈਂਦਾ ਹੈ ਕਿਸੇ ਨੂੰ ਕਿਆ ਪਤਾ ਚੱਲੇਗਾ ਮਾਲਕ ਨੂੰ ਕਹਿਣਾ ਭੇਟਿਆ ਲਿਆ ਗਿਆ ਉਹ ਸ਼ਖਸ ਨਾਲ ਰੋਣਾ ਸ਼ੁਰੂ ਕਰ ਦਿੰਦਾ ਸ਼ਖਸ ਰੋਣਾ ਸ਼ੁਰੂ ਕਰ ਦਿੰਦਾ ਅੱਜ ਤੈਨੂੰ ਮੈਨੂੰ ਫੰਡ ਇਕੱਠਾ ਹੋਏ ਪਤਾ ਲੱਗੇਗਾ ਨਹੀਂ ਲੱਗੇਗਾ ਦੇਖਿਆ ਜਾਏਗਾ ਚਲੋ ਹਾਂ ਖਾ ਜਾਓ ਤੇ ਕੁਝ ਲੋਕ ਜਿਹੜੇ ਦਿੰਦੇ ਘੱਟ ਨੇ ਉਹ ਬਹਿਸ ਬਹੁਤੀ ਕਰਦੇ ਨੇ ਮੌਲਵੀ ਖਾ ਗਿਆ ਉਹ ਆਪਾਂ ਜੀ ਖਾ ਗਏ ਕਿਆ ਦੇ ਆਇਓ ਨਾ ਕਿਹੜੇ ਡਾਲਰ ਦਾ ਪੌਂਡ ਨਾ ਕੋ ਜਮਾ ਕਰਾਇਓ ਚੁਆਨੀਆਂ ਦੇ ਕੇ ਅਸੀਂ ਤਸਕਰੇ ਕਰਨੇ ਜੀ ਉਹਨਾਂ ਨੂੰ ਬੜਾ ਦਿੱਤਾ ਉਹ ਫਲਾਣਾ ਬੋਲੀ ਆਇਆ ਉਹ ਵੀ ਖਾ ਗਿਆ ਬਲਵਾਣੀ ਵੀ ਖਾ ਗਈ ਇਹ ਵੀ ਖਾ ਗਿਆ ਉਹ ਵੀ ਖਾ ਗਿਆ ਗੱਲ ਉਹ ਅੱਜ ਲੰਬੀ ਹੋ ਜਾਣੀ ਹੈ ਮੁਕਤਸਰ ਬਿਆਨ ਕਰਾਂ ਅੱਲਾ ਦੇ ਰਾਹ ਚ ਦਿਓ ਤੇ ਕਹੋ ਤਕੱਬਲ ਅੱਲਾਹੁ ਮਿੰਨਾ ਅੱਲਾ ਕਬੂਲ ਫਰਮਾ ਲੈ ਸਾਡੇ ਨਾਮਲਾ ਨੂੰ ਉਹਨਾਂ ਦੇਰ ਤੇ ਫਖਰ ਨਾ ਕਰੋ ਤੇ ਗਿਣਤੀ ਨਾ ਕਰੋ ਮੇਰੀ ਅਜ਼ੀਜ਼ਾ ਮੈਂ ਸਦਕੇ ਕੁਰਬਾਨ ਜਾਂ ਅਬਦੁੱਲਾ ਇਬਨ ਉਮਰ ਆਂ ਨੇ ਜਿਸ ਵਕਤ ਉਹ ਸ਼ਖਸ ਰੋਣ ਲੱਗ ਗਿਆ ਮੈਂ ਲੱਗਾ ਕਿ ਕੌਣ ਵੇਖਦਾ ਪਿਆ ਤੇਰਾ ਮਾਲਕ ਮਦੀਨੇ ਵਿੱਚ ਬੱਕਰੀਆਂ ਦਾ ਰੇਵੜ ਕਿੱਥੇ ਪਹਾੜਾਂ ਵਿੱਚ ਉਹਨੇ ਕਿਹਾ ਜਿਹੜੀ ਜ਼ਾਤ ਨੇ ਮੈਨੂੰ ਪੈਦਾ ਕੀਤਾ ਹੈ ਜਿਹਦੇ ਜ਼ਾਤ ਦੇ ਬਣਾਈ ਮੈਨੇ ਜ਼ਮੀਨ ਤੇ ਮੌਜੂਦ ਆ ਰੱਬੇ ਕਾਬਾ ਦੀ ਕਸਮ ਹੈ ਜੇ ਉਸ ਰੱਬ ਨੇ ਦੇਖ ਲਿਆ ਮੈਨੂੰ ਉਹਨੇ ਪੁੱਛ ਲਿਆ ਅਈਨ ਅੱਲਾਹ ਰੱਬਾ ਆਪ ਕਿੱਥੇ ਗਿਆ ਹੈ ਉਹਨੂੰ ਗਿੰਦਾ ਕਿਆ ਤੇ ਦੱਸੋ ਮੈਨੂੰ ਕੋਈ ਬੰਦਾ ਛਡਾ ਸਕਣ ਲਗਾ ਨਹੀਂ ਅਗਰ ਮੇਰੀ ਅਜ਼ੀਜ਼ਾ ਤੈਨੂੰ ਤੇ ਮੈਨੂੰ ਅੱਲਾ ਨੇ ਪੁੱਛ ਲਿਆ ਇਸ ਜ਼ਿੰਦਗੀ ਦੇ ਬਾਰੇ ਸੇਧ ਦਿੱਤੀ ਸੀ ਕਿਉਂ ਸੇ ਕਿ ਜਾ ਕੇ ਅੱਲਾ ਦਾ ਦਿਨ ਸੁਣਿਆ ਤੈਨੂੰ ਮਾਲ ਦਿੱਤਾ ਸੀ ਕਿਉਂ ਨਹੀਂ ਉਹਦੇ ਰਾਹ 'ਚ ਖਰਚ ਕੀਤਾ ਤੈਨੂੰ ਔਲਾਦ ਦਿੱਤੀ ਸੀ ਕਿਉਂ ਨਹੀਂ ਉਹਨੂੰ ਦਿਨ ਸਹਾਇਆ ਰੱਬ ਨੇ ਪੁੱਛ ਲਿਆ ਤੈਨੂੰ ਜਵਾਨੀਆਂ ਦਿੱਤੀਆਂ ਹਨ ਕਿਉਂ ਨਹੀਂ ਮੇਰੀਆਂ ਇਬਾਦਤਾਂ ਕੀਤੀਆਂ ਰੱਬ ਨੇ ਕਹਿ ਪੁੱਛ ਲਿਆ ਤੈਨੂੰ ਜ਼ਿੰਦਗੀ ਦਿੱਤੀ ਸੀ ਕਿਉਂ ਇਹਦੇ ਵਿੱਚ ਅਮਲ ਕਰਕੇ ਆਈ ਤੇ ਫਿਰ ਤੇਰੇ ਮੇਰੇ ਕੋਲ ਜਵਾਬ ਹੋਣਾ ਨਹੀਂ ਇਸ ਮੁਖਤਸਰ ਸਾਰੀ ਜ਼ਿੰਦਗੀ 'ਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜੀ ਦਾ ਕਲਮਾ ਪੜ੍ਹੀ ਤੇ ਉਹਦੀ ਗੱਲ ਮੰਨੀ ਦੀਏ ਮੇਰੀ ਅਜ਼ੀਜ਼ਾ ਉਸ ਕੁਰਾਨ ਦੀ ਕਿਤਾਬ ਤੇ ਜਿਹੜੀ ਰੱਬ ਨੇ ਸਮਾਨਾਂ ਤੋਂ ਤੁਹਾਡੇ ਵੱਲ ਰਹਿਮਤ ਬਣਾ ਕੇ ਭੇਜੀਏ ਜਿਹੜੀ ਕਿਤਾਬ ਅੱਲਾ ਨੇ ਤੁਹਾਡੇ ਮੇਰੇ ਵੱਲ ਨਜਾਤ ਬਣਾ ਕੇ ਭੇਜੀਏ ਇਹਨੂੰ ਮੇਰੀ ਅਜ਼ੀਜ਼ਾ ਮਰਨ ਤੋਂ ਬਾਅਦ ਪੜ੍ਹਨ ਦੇ ਬਜਾਏ ਜ਼ਿੰਦਗੀ 'ਚ ਪੜ੍ਹੋ ਜ਼ਿੰਦਗੀ 'ਚ ਅਮਲ ਪੈਰਾ ਹੋਵੋ ਜ਼ਿੰਦਗੀ 'ਚ ਪੜ੍ਹੋਗੇ ਤੇ ਇਹ ਮੇਰੀ ਅਜ਼ੀਜ਼ਾ ਤੇਰੇ ਵੱਲ ਦੋਨਾਂ ਜਹਾਨਾਂ 'ਚ ਨਜਾਤ ਬਣੇਗੀ ਸ਼ਫਾਤ ਬਣੇਗੀ ਰਹਿਮਤ ਬਣੇਗੀ
अल्लाह तेनों ते मैनूं पढ़न तौफीक अता फरमाए। जिन्हां कोशिश कावश कीती है अल्लाह दे दीन दा पुत्ता लाया है, अल्लाह उहनां दे कब्रां नूं मुनव्वर फरमाए। अल्लाह जिहड़े कोशिश कावश तावन कर रहे ने इह साथसा ग्राम समेत, मेरी बाजी समेत, इस मदरसे दे तमाम साथसा जितने भी लोग कर रहे ने मदरसे दे कालेज साहब समेत, इस तों इलावा जिहड़े तावन कर रहे ने पैसे दी शक्ल च, माल दी शक्ल च, दुआवां दी शक्ल च, अपने बच्चियां नूं दाखल करा के मजमे दी शक्ल च अल्लाह उहनां दे अमलां नूं कबूल करके आखरत दे अज़ाबां तों निजात अता फरमाए ते अल्लाह उहनां नूं दोनों जहाना दे अजर अता फरमाए। अल्लाह उहनां नूं ते कार जन्नत दे बगीचे बनाए। मेरा अल्लाह उहनां दी औलाद नूं उहनां वास्ते सदका जारिया बनाए। मेरी अजीजा ये दुनिया के जितने भी अमाल ने, ये दुनिया के जितने भी काम ने, दुनिया से रह जाने ने, जिन्हां चीजा काम मांगा ने वो नेक औलादा ने। मेरे पैगंबर के सहाबा की शान बयान हुई है। इस तो अलावा बाजी बयान करते हैं, मैं छोटी सा एक शेर चंद शेर पढ़ के आपको इजाजत चाहनी हाँ। असहाब नबी दे प्यारे ने, असहाब नबी दे प्यारे ने, जिन्ना तन मन दीन तुम्हारे ने। असहाब नबी दे प्यारे ने, असहाब बोलो तुम, असहाब नबी दे प्यारे ने, जिन्ना तन मन दीन तुम्हारे ने। असहाब अबू बकर उमर दी शान लोगो किवें बयान करा, किवें बयान होवे उस्मान अली की अजमत तू लख जान होवे कुर्बान करा। ओते सारे मोती हीरे ने, ओते सारे मोती हीरे ने, आका दी अखियां दे तारे ने। असहाब नबी दे प्यारे ने, असहाब नबी दे प्यारे ने, असहाब नबी दे की शान दसा मियां शादी, निकी शान दसा मियां शादी, जिद शान अंदर कुरान आया, जिद दर दसते चल चल के जबरील भी करन सलाम आया। ओ बेटी पाक सदीक दिए, ओ बेटी पाक सदीक दिए, ओ दे शोहर नबी सुहारे ने। असहाब नबी दे प्यारे ने, असहाब नबी दे प्यारे ने, हसन हुसैन दी शान दसां, निकी हसन हुसैन दी शान दसां, जरा सुन तू सोने जायानू, जहरा दियां अखियां दा नूर दोवे, जहरा दियां अखियां दा नूर दोवे, हैदर दे जिगर दे पारे ने। असहाब नबी दे प्यारे ने, असहाब नबी दे प्यारे ने, सुन शान बलाल सुहारे दी। देखो मेरे पैगंबर जनाबे मुहम्मद सल्लल्लाहु अलैहि वसल्लम दे साहबियां दा जिक्र होंदा होंदा, उन्हां दे साथियां दा, बीवी दा तज़करा, ते गुलाम दी वारी आ गई। आखे सुन शान बुलाल सहारे दा, जिस साथ न छड़े आ प्यारे दा, सुन शान बुलाल सहारे दा, जिस साथ न छड़े आ प्यारे दा, उत्ते पत्थर ते थले अंगारे ने। असहाब नबी दे प्यारे ने, असहाब नबी दे प्यारे ने, जिन्ना तन मन दीन तुम्हारे ने। असहाब नबी दे प्यारे ने। अस्सलामु अलैकुम रहमतुल्लाहि व बरकातुहू। सलाम का जवाब जाके दिया जाए, अस्सलामु अलैकुम रहमतुल्लाहि व बरकातुहू। अच्छा जी, अच्छा जी, माशाल्लाह माशाल्लाह।